ਜਿਵੇਂ ਕਹਿੰਦੇ ਆ ਵੀ ਦੁੱਖ ਵੰਡਣ ਨਾਲ ਘਟਦਾ ਹਨਾ, ਮੈਨੂੰ ਇਹ ਚੀਜ਼ ਲੱਗਦੀ ਹੁੰਦੀ ਆ ਵੀ ਜਦੋਂ ਤੁਹਾਡੇ ਕੋਲ ਕੋਈ ਛੋਟਾ ਜਾਂ ਵੱਡਾ ਦੁੱਖ ਆ ਨਾ, ਪਰ ਜਦੋਂ ਤੁਸੀਂ ਉਹਦੇ ਮੁਕਾਬਲੇ ਉਸ ਤੋਂ ਵੀ ਵੱਡਾ ਕਿਸੇ ਦਾ ਸੁਣਦੇ ਹੋ ਜਾਂ ਦੇਖਦੇ ਹੋ ਤਾਂ ਤੁਹਾਨੂੰ ਲੱਗਣ ਲੱਗ ਜਾਂਦਾ ਵੀ ਤੁਹਾਡਾ ਬਹੁਤ ਛੋਟਾ ਹੈ। ਕਈ ਵਾਰੀ ਬਹੁਤ ਸਾਰੇ ਲੋਕਾਂ ਨੂੰ ਮੈਂ ਇੱਦਾਂ ਜਾਣਦੀ ਹਾਂ ਜਾਂ ਕਈ ਵਾਰੀ ਆਪਾਂ ਦੇਖਦੇ ਹਾਂ, ਉਹ ਜ਼ਿੰਦਗੀ ਦੀਆਂ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਨਾ ਬਹੁਤ ਵੱਡਾ ਕਰਕੇ ਦੇਖ ਲੈਂਦੇ ਨੇ ਅਤੇ ਉਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਰੋੜਾ ਨਹੀਂ ਬਹੁਤ ਵੱਡਾ ਪੱਥਰ ਬਣਾ ਲੈਂਦੇ ਨੇ ਜਿਹੜਾ ਕਿ ਉਹਨਾਂ ਨੂੰ ਸਾਹਮਣੇ ਕੁਛ ਨਾ ਤਾਂ ਦਿਖਣ ਦਿੰਦਾ ਅਤੇ ਨਾ ਹੀ ਤੁਰਨ ਦਿੰਦਾ ਆ। ਕਦੇ ਵੀ ਕਿਸੇ ਵੀ ਪਲ ਕੋਈ ਚੀਜ਼ ਕੋਈ ਹਾਦਸਾ ਵਾਪਰ ਜਾਂਦਾ ਉਹਦੇ 'ਤੇ ਕਦੇ ਵੀ ਉਸੇ ਵਕਤ ਤੁਹਾਡਾ ਰਿਐਕਸ਼ਨ ਨਹੀਂ ਹੋਣਾ ਚਾਹੀਦਾ। ਤੁਸੀਂ ਜਦੋਂ ਉਸ ਚੀਜ਼ ਨੂੰ 10 ਜਾਂ 15 ਮਿੰਟ ਬਾਅਦ ਦੇਖਦੇ ਹੋ ਤਾਂ ਉਹ ਬਿਲਕੁਲ ਅਲੱਗ ਸਿਚੁਏਸ਼ਨ ਹੁੰਦੀ ਆ। ਇੱਕ ਟਾਈਮ 'ਤੇ ਤੁਹਾਨੂੰ ਬਹੁਤ ਗੁੱਸਾ ਆਊਗਾ, ਤੁਸੀਂ ਬਹੁਤ ਨਿਰਾਸ਼ ਵੀ ਹੋ ਜਾਓਗੇ, ਤੁਸੀਂ ਪਰਮਾਤਮਾ ਨਾਲ ਵੀ ਗਿਲਾ ਕਰ ਲੈਂਦੇ ਹੋ, ਤੁਸੀਂ ਆਪਣੇ ਆਲੇ ਦੁਆਲੇ ਨਾਲ ਵੀ ਗਿਲਾ ਕਰ ਲੈਂਦੇ ਹੋ, ਪਰ ਕੁਛ ਸਮੇਂ ਬਾਅਦ ਤੁਸੀਂ ਖੁਦ ਮਹਿਸੂਸ ਕਰਨ ਲੱਗ ਜਾਂਦੇ ਹੋ ਜਾ ਕੇ ਕਿ ਨਹੀਂ, ਇਹ ਵਾਕਈ ਜੋ ਹੋਇਆ ਉਹ ਚੰਗੇ ਲਈ ਹੀ ਹੋਇਆ। ਇੱਕ ਖੜਾ ਰੱਬ ਨੂੰ ਪ੍ਰਾਰਥਨਾ ਕਰ ਰਿਹਾ ਵੀ ਮੈਨੂੰ ਆਹ ਚਾਹੀਦਾ ਸੀ, ਤੂੰ ਮੈਨੂੰ ਜ਼ਿੰਦਗੀ 'ਚ ਦਿੱਤਾ ਹੀ ਨਹੀਂ, ਮੈਂ ਉਹਦੇ ਲਈ ਕਿੰਨੀ ਮਿਹਨਤ ਕਰ ਰਿਹਾ ਹੈ ਨਾ। ਦੂਜਾ ਇੱਕ ਬੰਦਾ ਜਿਹੜਾ ਪੈਰਾਂ ਤੋਂ ਚੱਲ ਵੀ ਨਹੀਂ ਸੀ ਰਿਹਾ, ਉਹ ਕਹਿੰਦਾ ਵੀ ਮੈਂ ਤੇਰਾ ਬਹੁਤ ਧੰਨਵਾਦੀ ਹਾਂ, ਤੂੰ ਮੈਨੂੰ ਤੈਨੂੰ ਦੇਖਣ ਲਈ ਅੱਖਾਂ ਦਿੱਤੀਆਂ। ਵੀ ਤੁਸੀਂ ਆਉਣ ਵਾਲੇ ਟਾਈਮ ਨੂੰ ਸੋਚ ਸੋਚ ਕੇ ਆਉਣ ਵਾਲੇ ਟਾਈਮ ਲਈ ਮੈਂ ਆਹ ਵੀ ਜੋੜ ਲਾਂ, ਆਹ ਵੀ ਕਰ ਲਾਂ, ਇਹ ਵੀ ਕਰ ਲਾਂ, ਤੁਸੀਂ ਆਪਣਾ ਅੱਜ ਕਿੰਨਾ ਖਰਾਬ ਕਰ ਰਹੇ ਹੋ। ਮੰਨ ਲਓ ਤੁਸੀਂ ਕਿਤੇ ਵਿਆਹ ਹੀ ਗਏ, ਉੱਥੇ ਤੁਹਾਡੇ ਹਾਲਾਤ ਤੁਹਾਡੇ ਮੁਤਾਬਕ ਨਹੀਂ ਸੀਗੇ, ਉਹਨਾਂ ਨੂੰ ਬਦਲਣ ਦੀ ਬਜਾਏ, ਪੱਕੇ ਘੜਿਆਂ ਨੂੰ ਢਾਲਣ ਦੀ ਬਜਾਏ ਤੁਸੀਂ ਕੱਚੇ ਘੜੇ ਜਿਹੜੇ ਤੁਹਾਡੇ ਨਿਆਣੇ ਨੇ ਉਹਨਾਂ 'ਤੇ ਮਿਹਨਤ ਕਰੋ ਤਾਂ ਜੋ ਤੁਹਾਡਾ ਆਉਣ ਵਾਲਾ ਬੁਢਾਪਾ ਸਹੀ ਹੋਵੇ, ਹੈ ਨਾ। ਮੁੱਕਦੀ ਜੀ ਗੱਲ ਆ ਵੀ ਉਹ ਨਾ ਜ਼ਿੰਦਗੀ 'ਚ ਪਲੈਨ ਬਣਾਈ ਜਾਣਗੇ, ਹੈ ਨਾ, ਪਰ ਪੂਰੇ ਕਦੇ ਨਹੀਂ ਕਰਦੇ। ਮੇਰੀ ਹੁਣ ਇੱਕ ਸਹੇਲੀ ਆ, ਮੈਂ ਉਹਨੂੰ ਕਹਿ ਦਾਂ ਵੀ ਆਪਾਂ ਕਿਤੇ ਘੁੰਮਣ ਚੱਲੀਏ, ਕਹੂਗੀ ਹਾਂ ਸਿਆਲ ਆ ਲੈਣ ਦੀ। ਜੇ ਮੈਂ ਸਿਆਲਾਂ 'ਚ ਕਹੂੰਗੀ ਵੀ ਆਪਾਂ ਕਿਤੇ ਚੱਲੀਏ, ਹੁਣ ਠੰਡ ਬਾਹਲੀ ਨਹੀਂ, ਇਹਨੂੰ ਆਪਾਂ ਅੱਗੇ ਕਰ ਲੈਂਦੇ ਹਾਂ, ਆਪਾਂ ਮਾਰਚ ਅਪ੍ਰੈਲ ਦੇ ਮਹੀਨੇ ਚੱਲਾਂਗੇ। ਸਹੀ, ਐਵੇਂ ਨਹੀਂ ਕਰਨਾ ਚਾਹੀਦਾ। ਸਤਿ ਸ਼੍ਰੀ ਅਕਾਲ, ਮੈਂ ਗੁਰਦੀਪ ਗਰੇਵਾਲ ਤੁਹਾਡਾ ਸਾਰਿਆਂ ਦਾ ਬੀ ਸੋਸ਼ਲ 'ਤੇ ਸਵਾਗਤ ਕਰਦੀ ਹਾਂ। ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਹਰ ਵਾਰ ਦੀ ਤਰ੍ਹਾਂ 3 ਐਤਵਾਰ ਹੈ ਅਤੇ ਅਸੀਂ ਲੈ ਕੇ ਆ ਗਏ ਹਾਂ ਪ੍ਰੋਗਰਾਮ ਗੱਲ 'ਤੇ ਗੱਲ, ਅਤੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕਿ ਜ਼ਿੰਦਗੀ ਵਿੱਚ ਕਈ ਵਾਰੀ ਨਾ ਕੋਈ ਸਿਚੁਏਸ਼ਨ ਹੁੰਦੀ ਆ ਵੀ ਜਿਹਨੂੰ ਲੈ ਕੇ ਜਾਂ ਫਿਰ ਵੈਸੇ ਹੀ ਅਸੀਂ ਮਾੜੀ ਮੋਟੀ ਜ਼ਿੰਦਗੀ 'ਤੇ ਕਿਸੇ ਵੀ ਇੱਕ ਗੱਲ ਨੂੰ ਲੈ ਕੇ ਜਾਂ ਕਿਸੇ ਰਿਸ਼ਤੇ ਨੂੰ ਲੈ ਕੇ ਜਾਂ ਆਪਣੇ ਕੰਮ ਨੂੰ ਲੈ ਕੇ ਪਰਿਵਾਰ ਨੂੰ ਲੈ ਕੇ ਵੈਸੇ ਹੀ ਤਣਾਅ ਦੇ ਵਿੱਚ ਆ ਜਾਂਦੇ ਹਾਂ, ਪਰ ਕਈ ਵਾਰ ਸਾਡੇ ਕੋਲ ਸਾਰਾ ਕੁਛ ਹੀ ਬਹੁਤ ਚੰਗਾ ਹੁੰਦਾ ਹੈ ਤਾਂ ਸਾਨੂੰ ਆਦਤ ਹੀ ਪਈ ਹੁੰਦੀ ਹੈ ਕਿ ਆਪਾਂ ਉਦਾਸ ਹੋਣਾ ਹੀ ਹੋਣਾ, ਹੈ ਨਾ। ਕਈ ਵਾਰੀ ਅਸੀਂ ਬਹੁਤ ਛੇਤੀ ਡੀਮੋਰਲਾਈਜ਼ ਨਿਰਾਸ਼ਾ 'ਚ ਆ ਜਾਂਦੇ ਹਾਂ, ਪਰ ਕਹਿੰਦੇ ਹੁੰਦੇ ਨੇ ਕਿ ਜਿਹੜਾ ਸਮਾਂ ਉਹ ਇੱਕੋ ਜਿਹਾ ਨਹੀਂ ਰਹਿੰਦਾ ਹੁੰਦਾ। ਸੋ ਅੱਜ ਆਪਾਂ ਉਸੇ ਹੀ ਵਿਸ਼ੇ 'ਤੇ ਗੱਲਬਾਤ ਕਰਾਂਗੇ ਕਿ ਚੜ੍ਹਦੀ ਕਲਾ 'ਚ ਰਹਿਣਾ ਕਿਉਂ ਜ਼ਰੂਰੀ ਆ ਅਤੇ ਅਸੀਂ ਕਿਵੇਂ ਰਹਿ ਸਕਦੇ ਹਾਂ। ਉਮੀਦ ਹੈ ਕਿ ਤੁਸੀਂ ਅੱਜ ਦੀ ਇਸ ਗੱਲਬਾਤ ਨੂੰ ਪਸੰਦ ਕਰੋਗੇ, ਅਤੇ ਮੈਂ ਇਹ ਵੀ ਕਹਿੰਦੀ ਹਾਂ ਕਿ ਹੋ ਸਕਦਾ ਕਿ ਅਸੀਂ ਸਾਰੀਆਂ ਗੱਲਾਂ ਨਾ ਕਰ ਸਕੀਏ ਇਸ ਐਪੀਸੋਡ ਦੇ ਵਿੱਚ, ਅਤੇ ਹਮੇਸ਼ਾ ਦੀ ਤਰ੍ਹਾਂ ਸਾਨੂੰ ਇੰਤਜ਼ਾਰ ਰਹੇਗਾ ਤੁਹਾਡੇ ਸੁਨੇਹਿਆਂ ਦਾ ਅਤੇ ਤੁਹਾਡੇ ਕਮੈਂਟਸ ਦਾ। ਕਮੈਂਟ ਸੈਕਸ਼ਨ ਦੇ ਵਿੱਚ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਅਤੇ ਸਵਾਗਤ ਕਰਦੇ ਹਾਂ ਭੈਣ ਰੁਪਿੰਦਰ ਸੰਧੂ ਹੋਰਾਂ ਦਾ। ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ ਗੁਰਦੀਪ, ਕੀ ਹਾਲ ਚਾਲ ਨੇ? ਵਧੀਆ, ਮੈਂ ਅੱਜ ਬਹੁਤ ਚੜ੍ਹਦੀ ਕਲਾ 'ਚ। ਆਹ ਰੰਗ ਵੀ ਤੁਹਾਨੂੰ ਬਹੁਤ ਜਚੀ ਜਾਂਦਾ ਆ, ਬਹੁਤ ਫਬਦਾ। ਥੈਂਕ ਯੂ। ਪਹਿਲੀ ਵਾਰ ਪਾਇਆ ਨਾ ਮੈਨੂੰ ਲੱਗਦਾ ਤੁਸੀਂ ਇੱਦਾਂ ਦਾ ਰੰਗ, ਹੈ ਨਾ। ਹਾਂ, ਮੈਨੂੰ ਘੱਟ ਪਸੰਦ ਆ ਪਰ ਮੈਂ ਪਾਇਆ, ਮੈਨੂੰ ਸੋਹਣਾ ਲੱਗਿਆ। ਹਾਂ ਭੈਣੇ, ਤੁਸੀਂ ਵੈਸੇ ਜਿਵੇਂ ਤੁਸੀਂ ਕਹਿੰਦੇ ਹੋ ਕਿ ਮੈਂ ਜਿਵੇਂ ਲਿਖਦੇ ਵੀ ਤੁਸੀਂ ਜਾਂ, ਹੈ ਨਾ, ਇੰਟੈਂਸ ਲਿਖਦੇ ਹੋ ਤੁਸੀਂ ਜਾਂ ਗਾਣਿਆਂ ਦੀ ਚੋਇਸ ਵੀ ਤੁਹਾਡੀ ਥੋੜ੍ਹੀ ਜਿਹੀ ਉਦਾਸ ਹੁੰਦੀ ਆ, ਪਾਕਿਸਤਾਨੀ ਡਰਾਮੇ ਤੁਹਾਨੂੰ ਬਹੁਤ ਚੰਗੇ ਲੱਗਦੇ ਨੇ ਕਿਉਂਕਿ ਉਦਾਸ ਹੁੰਦੇ ਨੇ, ਹੈ ਨਾ। ਬਿਲਕੁਲ। ਅਤੇ ਜਦੋਂ ਤੁਸੀਂ ਕੋਈ ਸ਼ੇਅਰ ਲਿਖਣਾ ਹੁੰਦਾ ਉਹ ਵੀ ਤੁਸੀਂ ਕਾਫੀ ਜ਼ਿਆਦਾ ਉਦਾਸੀ 'ਚ ਜਾ ਕੇ ਲਿਖਦੇ ਹੋ, ਪਰ ਕੀ ਤੁਸੀਂ ਸੱਚੀ ਅਸਲ ਜ਼ਿੰਦਗੀ 'ਚ ਵੀ ਇੰਨੇ ਉਦਾਸ ਰਹਿੰਦੇ ਹੋ? ਨਹੀਂ, ਮੈਨੂੰ ਲੱਗਦਾ ਵੀ ਅੰਦਰੋਂ ਵੈਸੇ ਮੈਂ ਇਹੋ ਜਿਹੀ ਨਹੀਂ ਹੈਗੀ। ਐਵੇਂ ਹੁੰਦਾ ਨਾ ਵੀ ਜਿਵੇਂ ਆਪਾਂ ਜਦੋਂ ਸ਼ੋਪਿੰਗ ਕਰਨ ਜਾਂਦੇ ਹਾਂ ਤਾਂ ਸਾਨੂੰ ਕੁਛ ਕੁ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਆਮ ਨਾਲੋਂ ਹੱਟ ਕੇ ਖਿੱਚਦੀਆਂ ਨੇ, ਹੈ ਨਾ, ਵੀ ਇੱਕ ਤਰ੍ਹਾਂ ਇੱਕ ਟੇਸਟ ਬਣ ਜਾਂਦਾ ਤੁਹਾਡਾ। ਮੈਨੂੰ ਲੱਗਦਾ ਹੁੰਦਾ ਪਤਾ ਨਹੀਂ ਲਿਖਣ ਕਰਕੇ ਵੀ ਜਦੋਂ ਮੈਂ ਕੁਛ ਐਵੇਂ ਦੀਆਂ ਚੀਜ਼ਾਂ ਦੇਖਦੀ ਹਾਂ, ਸੁਣਦੀ ਹਾਂ, ਜਾਂ ਮੈਨੂੰ ਉਹ ਚੀਜ਼ਾਂ ਜਿਹੜੀਆਂ ਬਹੁਤ ਜਿਨ੍ਹਾਂ ਦਾ ਮਤਲਬ ਬਹੁਤ ਡੂੰਘਾ ਹੁੰਦਾ, ਤਾਂ ਮੈਨੂੰ ਲੱਗਦਾ ਵੀ ਉਹ ਮੈਨੂੰ ਲਿਖਣ ਲਈ ਇਨਕਰੇਜ ਕਰਦੀਆਂ ਨੇ। ਫਿਰ ਮੈਨੂੰ ਲੱਗਦਾ ਹੁੰਦਾ ਵੀ ਕਿਉਂਕਿ ਮੈਂ ਜਦੋਂ ਵੀ ਲਿਖਣ ਬਾਰੇ ਸੋਚਾਂ ਮੈਨੂੰ ਇਹ ਹੁੰਦਾ ਵੀ ਮੈਂ ਸਿਰਫ ਫੀਲਿੰਗਸ ਲਿਖਾਂ, ਹੈ ਨਾ। ਅੱਛਾ। ਮੈਂ ਸੱਚੀ ਕਹਿੰਦੀ ਮੈਂ ਹਾਸੇ ਵਾਲੀਆਂ ਚੀਜ਼ਾਂ ਨਹੀਂ ਲਿਖ ਸਕਦੀ, ਮੈਂ ਬਹੁਤ ਚੰਗੀ ਨਹੀਂ ਉਹਨਾਂ 'ਚ, ਹੈ ਨਾ। ਅਤੇ ਫਿਰ ਮੈਂ ਜਿਵੇਂ ਕਈ ਵਾਰ ਤੁਹਾਨੂੰ ਦੱਸ ਦਿੰਦੀ ਵੀ ਜਦੋਂ ਮੈਂ ਕੋਈ ਕਹਾਣੀ ਲਿਖਣੀ ਹੁੰਦੀ ਹੈ ਤਾਂ ਮੈਨੂੰ ਬਹੁਤ ਇੱਛਾ ਹੁੰਦੀ ਹੈ ਵੀ ਮੈਂ ਕੋਈ ਪਾਕਿਸਤਾਨ ਦਾ ਬੜਾ ਮਤਲਬ
ਦੁਖੀ ਮਾਹੌਲ ਵਾਲਾ ਇੱਕ ਡਰਾਮਾ ਦੇਖਾਂ, ਹੈ ਨਾ, ਤਾਂ ਉਹ ਸਿਰਫ ਮੈਂ ਆਪਣੇ ਆਪ ਨੂੰ ਇਨਕਰੇਜ ਕਰਦੀ ਹਾਂ ਕਿ ਮੈਂ ਆਪਣੀਆਂ ਚੀਜ਼ਾਂ ਨੂੰ ਕਿਵੇਂ ਬਿਹਤਰ ਲਿਖ ਸਕਦੀ ਹਾਂ ਜਾਂ ਵਧੀਆ ਕਰ ਸਕਦੀ ਹਾਂ, ਹੈ ਨਾ। ਦੂਜੀ ਚੀਜ਼ ਆ, ਮੈਨੂੰ ਇਹ ਲੱਗਦਾ ਹੁੰਦਾ ਗੁਰਦੀਪ ਵੀ, ਜਿਵੇਂ ਕਹਿੰਦੇ ਆ ਵੀ ਦੁੱਖ ਵੰਡਣ ਨਾਲ ਘਟਦਾ, ਹੈ ਨਾ, ਮੈਨੂੰ ਇਹ ਚੀਜ਼ ਲੱਗਦੀ ਹੁੰਦੀ ਆ ਵੀ ਜਦੋਂ ਤੁਹਾਡੇ ਕੋਲ ਕੋਈ ਛੋਟਾ ਜਾਂ ਵੱਡਾ ਦੁੱਖ ਆ ਨਾ, ਪਰ ਜਦੋਂ ਤੁਸੀਂ ਉਹਦੇ ਮੁਕਾਬਲੇ ਉਸ ਤੋਂ ਵੀ ਵੱਡਾ ਕਿਸੇ ਦਾ ਸੁਣਦੇ ਹੋ ਜਾਂ ਦੇਖਦੇ ਹੋ ਤਾਂ ਤੁਹਾਨੂੰ ਲੱਗਣ ਲੱਗ ਜਾਂਦਾ ਵੀ ਤੁਹਾਡਾ ਬਹੁਤ ਛੋਟਾ ਹੈ। ਸਵੇਰੇ ਅੱਜ ਮੈਂ ਜਦੋਂ ਆਫਿਸ ਆਈ ਤਾਂ ਮੈਨੂੰ ਕਿਸੇ ਦਾ ਕਾਲ ਆਇਆ, ਮੈਂ ਉਹਨਾਂ ਨਾਲ ਗੱਲ ਕਰ ਰਹੀ ਸੀ, ਉਹ ਕਹਿੰਦੇ ਵੀ ਜਦੋਂ ਤੁਹਾਡੀਆਂ ਇੰਟਰਵਿਊ ਜਾਂ ਤੁਸੀਂ ਕੋਈ ਚੀਜ਼ਾਂ ਦਿਖਾਉਂਦੇ ਹੋ ਆਪਣਾ ਚੈਨਲ, ਹੈ ਨਾ, ਤਾਂ ਉਹ ਕਹਿੰਦੇ ਸਾਨੂੰ ਇਹ ਲੱਗਦਾ ਹੁੰਦਾ ਵੀ ਸਾਰਿਆਂ ਦੀ ਜ਼ਿੰਦਗੀ 'ਚ ਮਸਲੇ ਨੇ, ਪਰ ਉਹਨਾਂ ਮਸਲਿਆਂ ਨੂੰ ਕਿੰਨਾ ਕੁ ਵੱਡਾ ਕਰਕੇ ਦੇਖਣਾ, ਉਹ ਜਦੋਂ ਅਸੀਂ ਤੁਹਾਡੇ ਚੈਨਲ 'ਤੇ ਕਿਸੇ ਦੀ ਕਹਾਣੀ ਸੁਣਦੇ ਹਾਂ ਤਾਂ ਸਾਨੂੰ ਲੱਗਦਾ ਵੀ ਸਾਡੇ ਮਸਲੇ ਬਹੁਤ ਛੋਟੇ ਨੇ, ਤਾਂ ਮੈਨੂੰ ਲੱਗਦਾ ਮੈਂ ਇਹ ਸਾਰੀਆਂ ਚੀਜ਼ਾਂ ਲਈ ਮੇਰਾ ਮਤਲਬ ਮੇਰਾ ਟੇਸਟ ਆ ਜਿਹੜਾ ਉਹ ਐਵੇਂ ਦਾ, ਪਰ ਮੈਂ ਹੱਸਦੀ ਬਹੁਤ ਹਾਂ, ਤੁਹਾਨੂੰ ਪਤਾ ਹੀ ਆ ਵੀ ਇੱਥੇ ਸਭ ਤੋਂ ਜ਼ਿਆਦਾ ਹੱਸਦੀ ਹੋਈ ਮੈਂ ਹਾਂ, ਹੈ ਨਾ, ਅਤੇ ਮੈਨੂੰ ਨਹੀਂ ਲੱਗਦਾ ਵੀ ਅੰਦਰੋਂ ਮੈਂ ਉਦਾਸ ਨਹੀਂ ਹੈਗੀ। ਵੈਸੇ ਸਹੀ ਗੱਲ ਆ, ਪਰ ਕਈ ਵਾਰੀ ਆਪਾਂ, ਹੈ ਨਾ, ਜ਼ਿੰਦਗੀ ਦੇ ਵਿੱਚ ਮਤਲਬ ਹੋ ਵੀ ਜਾਂਦੇ ਹਾਂ, ਉਦਾਸ ਹੋਣਾ ਚਲੋ ਬਹੁਤ ਵੱਖਰੀ ਗੱਲ ਆ, ਪਰ ਆ ਕਈ ਵਾਰੀ ਆਪਾਂ ਜ਼ਿੰਦਗੀ ਤੋਂ ਨਿਰਾਸ਼ ਬਹੁਤ ਛੇਤੀ ਹੋ ਜਾਂਦੇ ਹਾਂ, ਨੈਗੇਟਿਵ ਹੋਣ ਲੱਗ ਜਾਂਦੇ ਹਾਂ, ਹੈ ਨਾ, ਕਿਸੇ ਵੀ ਇੱਕ ਚੀਜ਼ ਨੂੰ ਲੈ ਕੇ, ਅਤੇ ਉੱਦਾਂ ਦੀਆਂ ਸਿਚੁਏਸ਼ਨ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਚੜ੍ਹਦੀ ਕਲਾ 'ਚ ਰਹੋ, ਹੈ ਨਾ, ਜਿਵੇਂ ਕਹਿੰਦੇ ਹੁੰਦੇ ਨੇ ਕਿ ਜਿਹੜਾ ਸਮਾਂ ਇੱਕੋ ਜਿਹਾ ਨਹੀਂ ਰਹਿਣਾ ਹੁੰਦਾ, ਜੇ ਅੱਜ ਔਖਾ ਆ ਤਾਂ ਇਹਨੇ ਲੰਘ ਕੇ ਸੌਖੇ 'ਚ ਬਦਲ ਜਾਣਾ ਹੁੰਦਾ, ਜੇ ਅੱਜ ਸੌਖਾ ਆ ਤਾਂ ਉਹ ਵੀ ਸਦੀਵੀ ਨਹੀਂ ਰਹਿਣਾ, ਇਹਨੇ ਵੀ ਚਲੀ ਜਾਣਾ ਆ, ਹੈ ਨਾ। ਸੋ ਜੇ ਆਪਾਂ ਮਤਲਬ ਜ਼ਿੰਦਗੀ 'ਚ ਕੁਝ ਨਾ ਕੁਝ ਸਿਚੁਏਸ਼ਨ ਜਾਂ ਬਣਦੀਆਂ ਹੀ ਰਹਿੰਦੀਆਂ ਨੇ, ਹਾਲਾਤ ਬਣਦੇ ਹੀ ਰਹਿੰਦੇ ਨੇ, ਹੈ ਨਾ, ਪਰ ਕਈ ਵਾਰੀ ਆਪਾਂ ਕੀ ਕਹਿ ਦਿੰਦੇ ਨੇ ਕਿ ਮੈਂ ਵੱਡਾ ਨਹੀਂ, ਹਾਲਾਤ ਵੱਡੇ ਨੇ, ਹੈ ਨਾ। ਸੋ ਉੱਥੇ ਆਪਾਂ ਨੂੰ ਬਹੁਤ ਤਕਲੀਫ ਹੋਣ ਲੱਗ ਜਾਂਦੀ ਹੈ, ਬਹੁਤ ਸਾਰੇ ਲੋਕ ਨੇ ਬਹੁਤ ਛੇਤੀ ਨਿਰਾਸ਼ ਹੋ ਜਾਂਦੇ ਨੇ ਗੇ ਜਾਂ ਨੈਗੇਟਿਵ ਹੋ ਕੇ ਉਹ ਸੋਚਣ ਲੱਗ ਜਾਂਦੇ ਨੇ ਕਿ ਸ਼ਾਇਦ ਹੁਣ ਇਸ ਤੋਂ ਅੱਗੇ ਕੁਛ ਹੈ ਹੀ ਨਹੀਂ ਗਾ, ਹੈ ਨਾ। ਪਰ ਜੇ ਆਪਾਂ ਦੇਖੀਏ ਤਾਂ ਥੋੜ੍ਹੀ ਜਿਹੀ ਕੋਸ਼ਿਸ਼ ਕਰੀਏ ਉਸ ਸਮੇਂ ਦੇ ਵਿੱਚ ਆਪਾਂ ਥੋੜ੍ਹਾ ਜਿਹਾ ਆਪਣੇ ਆਪ ਨੂੰ ਸਟਰੋਂਗ ਰੱਖੀਏ, ਹੈ ਨਾ, ਤਾਂ ਆਉਣ ਵਾਲਾ ਸਮਾਂ ਜਿਹੜਾ ਹੋ ਸਕਦਾ ਕਿ ਅੱਜ ਨਾਲੋਂ ਬਿਲਕੁਲ ਹੀ ਅਲੱਗ ਹੋਵੇ, ਹੈ ਨਾ। ਉਦਾਹਰਣ ਦੇ ਤੌਰ 'ਤੇ ਮੰਨ ਲਓ ਕਿਸੇ ਨੇ ਕੋਈ ਨਵਾਂ ਕੰਮ ਸ਼ੁਰੂ ਕੀਤਾ ਆ, ਹੈ ਨਾ, ਮੈਨੂੰ ਲੱਗਦਾ ਹੁੰਦਾ ਕਿ ਸਵਾਦ ਹੀ ਉਸੇ ਜ਼ਿੰਦਗੀ 'ਚ ਆ ਜਿਹੜੀ ਕਿ ਤੁਹਾਨੂੰ ਹਰ ਰੋਜ਼ ਨਵੀਆਂ ਚੁਣੌਤੀਆਂ ਦਿੰਦੀਆਂ, ਹੈ ਨਾ। ਜਿੱਦਾਂ ਸਾਡੇ ਮਾਸੀ ਜੀ ਦਾ ਬੇਟਾ ਆ, ਅਤੇ ਉਹਨਾਂ ਨੇ ਨਾ ਕੰਮ ਸ਼ੁਰੂ ਕਰਨਾ ਸੀਗਾ, ਉਹ ਇੱਕ ਫੈਕਟਰੀ 'ਚ ਕੰਮ ਕਰਦੇ ਸੀਗੇ, ਫਿਰ ਉਸ ਤੋਂ ਬਾਅਦ ਉਹਨਾਂ ਨੂੰ ਲੱਗਿਆ ਵੀ ਮੈਂ ਆਪਣਾ ਕੰਮ ਸ਼ੁਰੂ ਕਰ ਸਕਦਾ, ਹੈ ਨਾ। ਤਾਂ ਉਹਨਾਂ ਨੇ ਵਿਆਜੂ ਪੈਸੇ ਫੜੇ ਕਿਸੇ ਪਾਸਿਓਂ, ਅਤੇ ਉਹ ਸਕੂਟਰ ਦੀ ਐਵੇਂ ਡਿੱਗੀ 'ਚ ਪਏ ਸੀਗੇ, ਅਤੇ ਉਹ ਉੱਤਰ ਕੇ ਕਿਸੇ ਨੂੰ ਮਿਲ ਰਹੇ ਸੀ, ਪਤਾ ਨਹੀਂ ਜੂਸ ਜਾਸ ਪੀਣ ਲੱਗੇ, ਤਾਂ ਉਹ ਪੈਸੇ ਉਹਨਾਂ ਦੇ ਚੋਰੀ ਹੋ ਗਏ, ਹੈ ਨਾ। ਅਤੇ ਉਹ ਵੀਰ ਜੀ ਬਹੁਤ ਡਿਪਰੈਸ ਹੋਏ ਵੀ ਮੇਰੇ ਪੈਸੇ ਚੋਰੀ ਹੋ ਗਏ, ਹੈ ਨਾ, ਵੀ ਮੈਂ ਆਪਣੀ ਲਾਈਫ 'ਚ ਪਹਿਲੀ ਵਾਰ ਕੁਛ ਕਰਨ ਦਾ ਸੋਚਿਆ ਸੀਗਾ, ਹੈ ਨਾ। ਅਤੇ ਇੱਕ ਇਹ ਵੀ ਚਲੋ ਤੁਹਾਡੇ ਆਲੇ ਦੁਆਲੇ ਐਟਮੋਸਫੀਅਰ ਜਾਂ ਲੋਕ ਵੀ ਇੱਦਾਂ ਦੇ ਹੋਣੇ ਚਾਹੀਦੇ ਨੇ ਜਿਹੜੇ ਕਿ ਤੁਹਾਨੂੰ ਉਸ ਸਿਚੁਏਸ਼ਨ 'ਚ ਇਹ ਨਾ ਕਹਿਣ ਵੀ ਤੇਰੇ ਨਾਲ ਤਾਂ ਬਹੁਤ ਹੀ ਮਾੜਾ ਹੋ ਗਿਆ, ਬਹੁਤ ਹੀ ਬੁਰਾ ਹੋ ਗਿਆ। ਤੁਹਾਡੇ ਨੇੜੇ ਉਹ ਲੋਕ ਹੋਣੇ ਚਾਹੀਦੇ ਨੇ ਵੀ ਹੋਇਆ ਤਾਂ ਬਹੁਤ ਮਾੜਾ, ਪਰ ਫਿਰ ਕੋਈ ਗੱਲ ਨਹੀਂ, ਇਹ 'ਚ ਆਪਾਂ ਹੁਣ ਕਰ ਵੀ ਕੀ ਸਕਦੇ ਹਾਂ, ਹੈ ਨਾ। ਤਾਂ ਫਿਰ ਮੇਰੇ ਮਾਸੀ ਜੀ ਉਹਨਾਂ ਨੇ, ਮੇਰੇ ਭਾਬੀ ਜੀ ਉਹਨਾਂ ਨੇ ਵੀਰ ਜੀ ਨੂੰ ਇੰਨਾ ਹੌਸਲਾ ਦਿੱਤਾ, ਹੈ ਨਾ, ਉਹਨਾਂ ਤੋਂ ਜਿੰਨਾ ਘਰੋਂ ਹੋ ਸਕਿਆ ਆਪਣਾ ਸੋਨਾ ਸੋਨਾ ਕਰਕੇ ਉਹਨਾਂ ਨੂੰ ਦਿੱਤਾ, ਅਤੇ ਉਹਨਾਂ ਨੇ ਦੁਬਾਰਾ ਤੋਂ ਸ਼ੁਰੂਆਤ ਕੀਤੀ, ਦੁਬਾਰਾ ਤੋਂ ਆਪਣਾ ਬਿਜ਼ਨਸ ਮਤਲਬ ਜੋ ਕੰਮ ਉਹ ਕਰਨ ਦਾ ਸੋਚਦੇ ਸੀਗੇ ਉਹਨਾਂ ਨੇ ਸ਼ੁਰੂਆਤ ਕੀਤੀ, ਤਾਂ ਉਹਨਾਂ ਨੂੰ ਹਿੰਮਤ ਮਿਲੀ, ਤਾਂ ਅੱਜ ਉਹਨਾਂ ਦੀਆਂ ਆਪਣੀਆਂ ਦੋ ਫੈਕਟਰੀਆਂ ਨੇ, ਹੈ ਨਾ, ਜਾਂ ਮਤਲਬ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਸੋਹਣਾ ਕੰਮ ਚੱਲਦਾ ਆ। ਸੋ ਜੇ ਉਹ ਉਸ ਇੱਕ ਹਾਦਸੇ ਨੂੰ ਲੈ ਕੇ ਇਹ ਸੋਚੀ ਜਾਂਦੇ ਕਿ ਸ਼ਾਇਦ ਮੇਰੀ ਜ਼ਿੰਦਗੀ 'ਚ ਕੁਛ ਚੰਗਾ ਨਹੀਂ ਹੋ ਸਕਦਾ, ਜਾਂ ਮੈਂ ਇੱਕ ਵਾਰ ਕੋਸ਼ਿਸ਼ ਕੀਤੀ ਸੀ, ਤੁਸੀਂ ਇਹ ਦੇਖੋ ਵੀ ਉਹ ਪੈਸੇ ਵੀ ਉਹਨਾਂ ਨੇ ਆਪਣੇ ਕੋਲੋਂ ਨਹੀਂ ਸੀ ਲਾਏ, ਕਿਸੇ ਤੋਂ ਫੜ ਕੇ ਉਹਨਾਂ ਨੇ ਕੰਮ ਸ਼ੁਰੂ ਕਰਨਾ ਸੀਗਾ ਨਾ, ਅਤੇ ਉਹੀ ਪੈਸੇ ਚੋਰੀ ਹੋ ਗਏ। ਅਤੇ ਜੇ ਉਹ ਉਸੇ ਸਿਚੁਏਸ਼ਨ 'ਤੇ ਇੰਨਾ ਜ਼ਿਆਦਾ ਆਪਣੇ ਆਪ ਨੂੰ ਡੀਮੋਰਲਾਈਜ਼ ਕਰ ਲੈਂਦੇ ਜਾਂ ਆਪਣਾ ਸੁਭਾਅ ਨਾ ਪੱਖੀ ਬਣਾ ਲੈਂਦੇ, ਹੈ ਨਾ, ਸਿਰਫ ਇੱਕ ਉਨੀ ਸਿਚੁਏਸ਼ਨ ਨੂੰ ਲੈ ਕੇ, ਤਾਂ ਮੈਨੂੰ ਲੱਗਦਾ ਕਿ ਜੋ ਅੱਜ ਜ਼ਿੰਦਗੀ ਉਹਨਾਂ ਦਾ ਪਰਿਵਾਰ ਹੰਢਾ ਰਿਹਾ, ਜੋ ਉਹਨਾਂ ਦਾ ਬੱਚਾ ਹੰਢਾ ਰਿਹਾ, ਜਾਂ ਉਹ ਖੁਦ ਸੌਖੇ ਹਾਲਾਤਾਂ ਦੇ ਵਿੱਚ ਨੇ, ਜਾਂ ਫਿਰ ਕੋਈ ਵੀ ਔਖਾ ਸਮਾਂ ਆ, ਹੈ ਨਾ, ਤਾਂ ਉਹ ਆਸਾਨੀ ਨਾਲ ਕੱਟ ਲੈਂਦੇ ਨੇ, ਤਾਂ ਇਹ ਸਾਰੀਆਂ ਚੀਜ਼ਾਂ ਨਹੀਂ ਹੋਣੀਆਂ ਸੀਗੀਆਂ ਜੇ ਬਸ ਇੱਕ ਪਲ ਦਾ ਹੌਸਲਾ ਨਾ ਕਰਦੇ ਉਸ ਟਾਈਮ 'ਤੇ ਵੀ ਠੀਕ ਆ ਜੋ ਹੋਇਆ ਬਹੁਤ ਮਾੜਾ ਸੀਗਾ, ਪਰ ਹੁਣ ਆਪਾਂ ਅੱਗੇ ਦੀ ਸੋਚੀਏ, ਹੈ ਨਾ। ਸੋ ਕਈ ਵਾਰੀ ਬਹੁਤ ਸਾਰੇ ਲੋਕਾਂ ਨੂੰ ਮੈਂ ਇੱਦਾਂ ਜਾਣਦੀ ਹਾਂ, ਜਾਂ ਕਈ ਵਾਰੀ ਆਪਾਂ ਦੇਖਦੇ ਹਾਂ, ਉਹ ਜ਼ਿੰਦਗੀ ਦੀਆਂ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਨਾ ਬਹੁਤ ਵੱਡਾ ਕਰਕੇ ਦੇਖ ਲੈਂਦੇ ਨੇ, ਅਤੇ ਉਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਰੋੜਾ ਨਹੀਂ ਬਹੁਤ ਵੱਡਾ ਪੱਥਰ ਬਣਾ ਲੈਂਦੇ ਨੇ, ਜਿਹੜਾ ਕਿ ਉਹਨਾਂ ਨੂੰ ਸਾਹਮਣੇ ਕੁਛ ਨਾ ਤਾਂ ਦਿਖਣ ਦਿੰਦਾ ਅਤੇ ਨਾ ਹੀ ਤੁਰਨ ਦਿੰਦਾ ਆ। ਬਿਲਕੁਲ ਗੁਰਦੀਪ, ਮੈਨੂੰ ਲੱਗਦਾ ਜਿਵੇਂ ਵੀ ਜ਼ਿੰਦਗੀ 'ਚ ਸਭ ਤੋਂ ਜ਼ਿਆਦਾ ਜਿਵੇਂ ਦੀਆਂ ਚੀਜ਼ਾਂ ਤੁਹਾਨੂੰ ਤੁਸੀਂ ਦੇਖਦੇ ਹੋ ਤੁਹਾਨੂੰ ਉਹ ਚੀਜ਼ਾਂ ਸਿਖਾਉਂਦੀਆਂ ਨੇ, ਹੈ ਨਾ। ਮੈਂ ਆਪਣੇ ਘਰ 'ਚ ਦੇਖਿਆ ਮੇਰੇ ਦਾਦੀ ਜੀ ਬਹੁਤ ਜ਼ਿਆਦਾ ਚੜ੍ਹਦੀ ਕਲਾ ਵਾਲੇ ਸੀਗੇ, ਹੈ ਨਾ, ਮਤਲਬ ਇੱਕ ਹੋਣਾ ਵੀ ਇੱਕ ਹਮੇਸ਼ਾ
ਹਾਂ ਬਾਅਦ 'ਚ ਰਹਿਣਾ ਉਹ ਇੱਕ ਅਲੱਗ ਚੀਜ਼ ਹੁੰਦੀ ਆ, ਪਰ ਉਹ ਇੰਨੇ ਉਹ ਦਲੇਰ ਵੀ ਬਹੁਤ ਸੀਗੇ। ਘਰ 'ਚ ਕੋਈ ਮਸਲਾ ਹੋ ਜਾਣਾ ਉਹਨਾਂ ਨੇ ਕਹਿਣਾ ਕੁਛ ਨਹੀਂ ਹੁੰਦਾ, 10 ਮਿੰਟ ਬਾਅਦ ਸੋਚ ਕੇ ਦੇਖਿਓ ਇਹੋ ਜਿਹਾ ਹੋਊਗਾ ਹੀ ਨਹੀਂ, ਹੈ ਨਾ? ਬਿਲਕੁਲ। ਤਾਂ ਮੈਨੂੰ ਲੱਗਦਾ ਵੀ ਕਦੇ ਵੀ ਕਿਸੇ ਵੀ ਪਲ ਕੋਈ ਚੀਜ਼ ਕੋਈ ਹਾਦਸਾ ਵਾਪਰ ਜਾਂਦਾ ਉਹਦੇ 'ਤੇ ਕਦੇ ਵੀ ਉਸੇ ਵਕਤ ਤੁਹਾਡਾ ਰਿਐਕਸ਼ਨ ਨਹੀਂ ਹੋਣਾ ਚਾਹੀਦਾ। ਤੁਸੀਂ ਜਦੋਂ ਉਸ ਚੀਜ਼ ਨੂੰ 10 ਜਾਂ 15 ਮਿੰਟ ਬਾਅਦ ਦੇਖਦੇ ਹੋ ਤਾਂ ਉਹ ਬਿਲਕੁਲ ਅਲੱਗ ਸਿਚੁਏਸ਼ਨ ਹੁੰਦੀ ਆ, ਹੈ ਨਾ? ਅਤੇ ਉਹੀ ਚੀਜ਼ ਮੈਂ ਆਪਣੇ ਸਾਰੇ ਚਾਚੇ ਤਾਇਆਂ 'ਚ ਦੇਖੀ ਆ, ਮੈਂ ਆਪਣੇ ਪਾਪਾ 'ਚ ਸਭ ਤੋਂ ਵੱਧ ਦੇਖੀ। ਉਹਨਾਂ ਦਾ ਕਾਰੋਬਾਰ ਇਹੋ ਜਿਹਾ ਵੀ ਕਈ ਵਾਰੀ ਉਹਨਾਂ ਨੂੰ ਸਾਲ 'ਚ ਬਹੁਤ ਜ਼ਿਆਦਾ ਮਤਲਬ ਪ੍ਰੋਫਿਟ ਹੁੰਦਾ, ਕਈ ਵਾਰੀ ਬਹੁਤ ਜ਼ਿਆਦਾ ਲੋਸ ਵੀ ਹੋ ਜਾਂਦਾ। ਤਾਂ ਉੱਥੇ ਮੈਂ ਕਦੇ ਵੀ ਉਹਨਾਂ ਦੇ ਮੂੰਹੋਂ ਇਹ ਨਹੀਂ ਸੁਣਿਆ ਵੀ ਇਸ ਵਾਰ ਸਾਨੂੰ ਬਹੁਤ ਘਾਟਾ ਪੈ ਗਿਆ। ਉਹ ਕਹਿਣਗੇ ਵੀ ਕੋਈ ਗੱਲ ਨਹੀਂ, ਪੈਸਿਆਂ ਦੀਆਂ ਕੰਧਾਂ ਨਹੀਂ ਖੜੀਆਂ ਕਰਕੇ ਜਾਣੀਆਂ, ਖਾਣ ਲਈ ਜ਼ਰੂਰੀ ਨੇ ਉਨੇ ਕੁ ਹਜੇ ਬਚੇ ਹੋਏ ਨੇ, ਹੈ ਨਾ? ਅਤੇ ਇਸ ਚੀਜ਼ ਲਈ ਮੈਨੂੰ ਲੱਗਦਾ ਹੁੰਦਾ ਵੀ ਉਸ ਪਲ ਸੱਚੀ ਜੇ ਉਸ ਆਪਾਂ ਚੀਜ਼ ਨੂੰ ਨਜ਼ਰਅੰਦਾਜ਼ ਕਰ ਦਈਏ ਤਾਂ ਸਾਡਾ ਮਨ ਆ ਜਿਹੜਾ ਬਹੁਤ ਜ਼ਿਆਦਾ ਸਕੂਨ 'ਚ ਰਹਿੰਦਾ, ਹੈ ਨਾ? ਬਹੁਤ ਸਾਰੇ ਲੋਕ ਨੇ, ਤੁਹਾਡੀ ਗੱਲ ਬਿਲਕੁਲ ਸਹੀ ਆ ਵੀ ਕਿਸੇ ਇੱਕ ਪਲ 'ਤੇ ਜਿੱਥੇ ਸਭ ਤੋਂ ਜ਼ਿਆਦਾ ਹੌਸਲੇ ਦੀ ਜ਼ਰੂਰਤ ਹੁੰਦੀ ਆ, ਜਦੋਂ ਅਸੀਂ ਉੱਥੇ ਹੌਸਲਾ ਛੱਡ ਦਿੰਦੇ ਹਾਂ ਤਾਂ ਉਸ ਤੋਂ ਬਾਅਦ ਇਹ ਤਾਂ ਯਕੀਨ ਮੰਨ ਕੇ ਚੱਲੋ ਵੀ ਜ਼ਿੰਦਗੀ ਫਿਰ ਸਾਰੀ ਉਸੇ ਤਰੀਕੇ ਦੀ ਹੋਊਗੀ, ਹੈ ਨਾ? ਮੈਨੂੰ ਇਹ ਲੱਗਦਾ ਹੁੰਦਾ ਵੀ ਜੇ ਅਸੀਂ ਹਰ ਪਲ ਹਰ ਘੜੀ ਇਹ ਸੋਚੀਏ ਨਾ ਵੀ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਇਹੀ ਸੋਚੀਏ ਵੀ ਮੇਰੇ ਕੋਲ ਸ਼ਾਇਦ ਜ਼ਿੰਦਗੀ ਦੇ ਆਖਰੀ 2 ਜਾਂ 3 ਘੰਟੇ ਨੇ, ਕਿਉਂਕਿ ਕੋਈ ਨਹੀਂ ਜਾਣਦਾ ਕਿ ਇਸ ਪਲ ਆਪਾਂ ਬੈਠੇ ਹਾਂ ਅਗਲੇ ਪਲ ਸਾਡੇ ਨਾਲ ਕੀ ਹੋ ਜਾਣਾ। ਸਹੀ ਗੱਲ। ਇਸ ਪਲ 'ਚ ਮੈਂ ਜਿੰਨਾ ਬਿਹਤਰ ਸੋਚ ਸਕਦਾ, ਜਿੰਨਾ ਬਿਹਤਰ ਕਰ ਸਕਦਾ ਤਾਂ ਮੈਨੂੰ ਉਹ ਕਰ ਲੈਣਾ ਚਾਹੀਦਾ, ਹੈ ਨਾ? ਹੋ ਸਕਦਾ ਮੈਨੂੰ ਕੱਲ੍ਹ ਮੌਕਾ ਨਾ ਮਿਲੇ, ਅਤੇ ਇਹੀ ਸੋਚ ਕੇ ਮੈਨੂੰ ਇਹ ਲੱਗਦਾ ਵੀ ਤੁਹਾਨੂੰ ਬਹੁਤ ਜ਼ਿਆਦਾ ਪੋਜ਼ਿਟਿਵ ਰਹਿਣਾ ਚਾਹੀਦਾ। ਕਈ ਵਾਰੀ ਆਪਾਂ ਦੇਖਦੇ ਹਾਂ ਵੀ ਘਰ 'ਚ ਕੋਈ ਮਾਹੌਲ ਇਹੋ ਜਿਹਾ ਬਣ ਗਿਆ ਜਿੱਥੇ ਕਿਸੇ ਨਾਲ ਕਿਸੇ ਦੀ ਲੜਾਈ ਹੋ ਗਈ ਜਾਂ ਕਿਸੇ ਨੂੰ ਕੋਈ ਗੁੱਸਾ ਆ ਗਿਆ ਜਾਂ ਕੁਛ ਤੁਹਾਨੂੰ ਘਾਟਾ ਜਾਂ ਨੁਕਸਾਨ ਤੁਹਾਡਾ ਹੋ ਗਿਆ, ਤਾਂ ਸਾਰੇ ਜਾਣੇ ਸਿਰਫ ਉਸ ਘਾਟੇ ਜਾਂ ਨੁਕਸਾਨ ਨੂੰ ਡਿਸਕਸ ਕਰਨਗੇ ਜਾਂ ਉਸ ਲੜਾਈ ਨੂੰ ਡਿਸਕਸ ਕਰਨਗੇ, ਹੈ ਨਾ? ਜੇ ਉਹਦੀ ਜਗ੍ਹਾ 'ਚੋਂ ਨਿਕਲਣ ਦਾ ਸੋਚਿਆ ਜਾਵੇ, ਉਸ ਲੜਾਈ ਨੂੰ ਖਤਮ ਕਰਨ ਦਾ ਸੋਚਿਆ ਜਾਵੇ, ਤਾਂ ਮੈਨੂੰ ਲੱਗਦਾ ਦੁਨੀਆ 'ਚ ਇਹੋ ਜਿਹੀ ਕਹਿੰਦੇ ਨੇ ਵੀ ਜੇ ਸਮੱਸਿਆ ਤਾਂ ਉਹਦਾ ਹੱਲ ਕਿਤੇ ਨਾ ਕਿਤੇ ਧਰਿਆ ਹੋਇਆ ਹੈਗਾ ਹੀ ਆ, ਹੈ ਨਾ? ਅਤੇ ਉਸ ਵਕਤ ਅਸੀਂ ਸੋਚਣਾ ਹੱਲ ਨੂੰ ਹੁੰਦਾ, ਪਰ ਅਸੀਂ ਸੋਚਦੇ ਹਾਂ ਪਿਛਲੀਆਂ ਚੀਜ਼ਾਂ ਨੂੰ, ਹੈ ਨਾ? ਤੁਸੀਂ ਕਿਸੇ ਦੇ ਮਰਗ ਦੇ ਉਹਦੇ 'ਤੇ ਚਲੇ ਜਾਓ ਮੌਕੇ 'ਤੇ, ਹੈ ਨਾ? ਜਦੋਂ ਕਿਸੇ ਘਰ 'ਚ ਮੌਤ ਹੋ ਜਾਂਦੀ ਆ, ਉੱਥੇ ਲੋੜ ਕੀ ਹੁੰਦੀ ਆ? ਹੌਸਲੇ ਦੀ, ਹੈ ਨਾ? ਤੁਹਾਨੂੰ ਜੇ 100 ਬੰਦਾ ਆਇਆ, 30 ਬੰਦੇ ਹੌਸਲਾ ਦੇ ਰਹੇ ਹੋਣਗੇ ਵੀ ਚਲੋ ਕੋਈ ਨਹੀਂ, ਪਰਮਾਤਮਾ ਕਰੇ ਤੁਸੀਂ ਹੌਸਲੇ 'ਚ ਰਹੋ, ਜਿਹੜੇ ਬਾਕੀ ਦੇ ਜੀ ਨੇ ਉਹਨਾਂ ਦਾ ਹੌਸਲਾ ਬਣੋ ਜਾਂ ਤੁਸੀਂ ਇਸ ਢੰਗ ਨਾਲ ਜ਼ਿੰਦਗੀ ਜਿਉਂ ਰਹੇ। ਲੋਕ ਉੱਥੇ ਕੀ ਗੱਲਾਂ ਕਰਦੇ ਹੁੰਦੇ ਆ ਵੀ ਜਦੋਂ ਮੇਰੇ ਫਲਾਣੇ ਦੀ ਮੌਤ ਹੋਈ ਸੀ ਤਾਂ ਮੈਨੂੰ ਇੰਨਾ ਵੱਡਾ ਝਟਕਾ ਲੱਗਾ ਸੀਗਾ, ਮੈਨੂੰ ਐਂ ਹੋਇਆ ਸੀ, ਮੈਨੂੰ ਉਹ ਚੀਜ਼, ਮਤਲਬ ਉੱਥੇ ਸਭ ਤੋਂ ਜ਼ਿਆਦਾ ਦੁਖਤ ਘਟਨਾਵਾਂ ਜ਼ਿੰਦਗੀ ਦੀਆਂ ਆਪਾਂ ਦੂਜੇ ਨੂੰ ਦੱਸਣ ਲੱਗ ਜਾਂਦੇ ਹਾਂ, ਹੈ ਨਾ? ਤਾਂ ਅਸੀਂ ਉਹਨੂੰ ਇੱਕ ਤਰ੍ਹਾਂ ਨਾਲ ਢਹਿੰਦੀ ਕਲਾ 'ਚ ਕਰ ਦਿੰਦੇ ਹਾਂ। ਤਾਂ ਮੈਨੂੰ ਲੱਗਦਾ ਹੁੰਦਾ ਵੀ ਇਹ ਅਸਲ 'ਚ ਦੂਜਿਆਂ 'ਤੇ ਵੀ ਨਿਰਭਰ ਕਰਦਾ ਵੀ ਤੁਹਾਨੂੰ ਹੌਸਲਾ ਦੇਣ ਆ ਕਿਹੋ ਜਿਹੇ ਲੋਕ ਰਹੇ ਨੇ, ਤੁਹਾਨੂੰ ਮਿਲਣ ਗਿਣ ਵਾਲੇ ਕਿਹੋ ਜਿਹੇ ਲੋਕ ਨੇ, ਹੈ ਨਾ? ਇੱਕ ਲੇਖਕ ਨੇ, ਉਹ ਬਹੁਤ ਜ਼ਿਆਦਾ ਚੜ੍ਹਦੀ ਕਲਾ ਵਾਲੀਆਂ ਕਿਤਾਬਾਂ ਲਿਖਦੇ ਨੇ, ਉਹ ਕਹਿੰਦੇ ਹੁੰਦੇ ਨੇ ਵੀ ਜਦੋਂ ਕਿਸੇ ਘਟਨਾ 'ਚੋਂ ਤੁਸੀਂ ਲੰਘ ਰਹੇ ਹੋ, ਉਸ ਵਕਤ ਤੁਸੀਂ ਤੈਅ ਕਰਨਾ ਵੀ ਤੁਸੀਂ ਉਸ ਵਕਤ ਕਿਹੋ ਜਿਹੇ ਲੋਕਾਂ ਕੋਲ ਜਾਣਾ, ਹੈ ਨਾ? ਅਤੇ ਸੱਚੀ ਸਾਨੂੰ ਤੈਅ ਕਰਨਾ ਚਾਹੀਦਾ ਵੀ ਮੇਰਾ ਉੱਠਣਾ ਬੈਠਣਾ ਉਸ ਵਕਤ ਕਿਹੋ ਜਿਹੇ ਲੋਕਾਂ ਨਾਲ ਹੋਣਾ ਚਾਹੀਦਾ, ਹੈ ਨਾ? ਤਾਂ ਯਕੀਨਨ ਜਿਹੋ ਜਿਹੇ ਲੋਕਾਂ 'ਚ ਤੁਸੀਂ ਜਾਓਗੇ, ਉਹੋ ਜਿਹਾ ਹੀ ਤੁਹਾਡਾ ਮਨ ਅਤੇ ਤਨ ਸਾਰੀ ਦੁਨੀਆ 'ਚੋਂ ਇਕੱਠਾ ਕਰਕੇ ਤੁਹਾਡੇ ਅੰਦਰ ਭਰ ਦੂਗਾ। ਤਾਂ ਜ਼ਿੰਦਗੀ 'ਚ ਜਿਵੇਂ ਸੱਚੀ ਗੁਰਦੀਪ ਇਹੋ ਜਿਹਾ ਕੁਛ ਨਹੀਂ ਮੈਨੂੰ ਲੱਗਦਾ ਵੀ ਜਿਹਦਾ ਹੱਲ ਨਹੀਂ। ਲੋਕ ਛੋਟੀਆਂ ਛੋਟੀਆਂ ਗੱਲਾਂ 'ਤੇ ਜਿਵੇਂ ਆਪਾਂ ਡਿਸਕਸ ਕਰ ਰਹੇ ਸੀ ਵੀ ਲੋਕ ਸੁਸਾਈਡ ਕਰ ਲੈਂਦੇ ਨੇ, ਕਿਤੋਂ ਨੁਕਸਾਨ ਹੋ ਗਿਆ ਸੁਸਾਈਡ ਕਰ ਲਿਆ, ਨਿਆਣਾ ਪੜ੍ਹ ਨਹੀਂ ਰਿਹਾ ਸੁਸਾਈਡ ਕਰ ਲਿਆ, ਹੈ ਨਾ? ਕੋਈ ਇਹੋ ਜਿਹੀ ਚੀਜ਼ ਹੋ ਗਈ ਵੀ ਜਿਹੜੀ ਮੇਰੇ ਹੱਕ 'ਚ ਨਹੀਂ ਸੀ ਤਾਂ ਮੈਂ ਸੁਸਾਈਡ ਕਰ ਲਿਆ, ਹੈ ਨਾ? ਵੀ ਇਹ ਚੀਜ਼ ਮੈਨੂੰ ਤੁਹਾਨੂੰ ਲੱਗਦਾ ਵੀ ਇਹ ਚੀਜ਼ ਕਿਸੇ ਚੀਜ਼ ਦਾ ਹੱਲ ਹੁੰਦੀ ਆ? ਮੈਂ ਨਾ ਇੱਕ ਵਾਰੀ ਆਪਣੀ ਭੂਆ ਦੀ ਕੁੜੀ ਨਾਲ ਗੱਲ ਕਰ ਰਹੀ ਸੀਗੀ, ਉਹ ਅਮਰੀਕਾ ਦੀਆਂ ਜੰਮੀਆਂ ਪਲੀਆਂ ਨੇ, ਹੈ ਨਾ? ਤਾਂ ਕਿਸੇ ਇੱਕ ਚੀਜ਼ ਨੂੰ ਲੈ ਕੇ ਅਸੀਂ ਚਰਚਾ ਕਰ ਰਹੇ ਸੀਗੇ ਵੀ ਇੱਦਾਂ ਇੱਦਾਂ, ਮਤਲਬ ਤੁਹਾਨੂੰ ਟੈਨਸ਼ਨ ਨਹੀਂ ਹੁੰਦੀ? ਉਹ ਕਹਿੰਦੀ ਵੀ ਦੇਖੋ, ਜਿਹੜੀਆਂ ਚੀਜ਼ਾਂ ਆਪਣੇ ਹੱਥ 'ਚ ਨੇ ਉਹਨਾਂ ਨੂੰ ਲੈ ਕੇ ਤਾਂ ਫਿਕਰਮੰਦ ਹੋਣਾ ਬਹੁਤ ਜ਼ਰੂਰੀ ਆ ਵੀ ਇਹ ਮੇਰੇ ਹੱਥ 'ਚ ਸੀ ਅਤੇ ਮੈਂ ਉਹਨੂੰ ਸਹੀ ਕਰ ਨਹੀਂ ਸਕਿਆ ਹੈਗਾ। ਜਿਹੜੀਆਂ ਚੀਜ਼ਾਂ ਸਾਡੇ ਹੱਥ 'ਚ ਹੈ ਹੀ ਨਹੀਂ ਗੀਆਂ, ਕਹਿੰਦੇ ਉਹਦੇ 'ਤੇ ਚਾਹੇ ਤੁਸੀਂ ਜਿੰਨਾ ਮਰਜ਼ੀ ਸੋਚੀ ਜਾਓ, ਜਿੰਨੀ ਮਰਜ਼ੀ ਤੁਸੀਂ ਟੈਨਸ਼ਨ ਕਰ ਲਓ, ਚਿੰਤਾ ਕਰ ਲਓ, ਉਹ ਕਹਿੰਦੇ ਉਵੇਂ ਹੀ ਹੋਣੀਆਂ ਨੇ ਜਿਵੇਂ ਉਹ ਲਿਖੀਆਂ ਹੋਈਆਂ ਨੇ, ਹੈ ਨਾ? ਸੋ ਕਹਿੰਦੇ ਵੀ ਮਤਲਬ ਫਾਲਤੂ ਦੀਆਂ ਚੀਜ਼ਾਂ 'ਤੇ ਜ਼ਿਆਦਾ ਸੋਚਣ ਦਾ ਕੋਈ ਮਤਲਬ ਨਹੀਂ ਬਣਦਾ। ਹਾਂ, ਤੁਸੀਂ ਆਪਣੀ ਸਿਚੁਏਸ਼ਨ 'ਚ ਪੋਜ਼ਿਟਿਵ ਰਹੋ, ਤੁਸੀਂ ਆਪਣੇ ਵੱਲੋਂ ਬਿਹਤਰ ਕਰਨ ਦੀ ਕੋਸ਼ਿਸ਼ ਕਰੋ, ਪਰ ਨਾਲ ਦੀ ਨਾਲ ਇਹ ਵੀ ਸੋਚੋ ਜੇ ਤੁਹਾਡੀ ਲਾਈਫ 'ਚ ਕੁਛ ਚੰਗਾ ਨਹੀਂ ਹੋਇਆ
ਵੀ ਇਹ ਮੇਰੇ ਹੱਥ 'ਚ ਨਹੀਂ ਸੀਗਾ ਵੀ ਇਹ ਇੱਦਾਂ ਹੀ ਹੋਣਾ ਸੀ ਅਤੇ ਇੱਦਾਂ ਹੀ ਲਿਖਿਆ ਹੋਇਆ ਸੀਗਾ ਹੈ ਨਾ। ਜਾਂ ਬਹੁਤ ਵਾਰੀ ਆਪਾਂ ਤੁਸੀਂ ਦੇਖਿਆ ਆਪਾਂ ਆਪਣੇ ਘਰਾਂ 'ਚ ਸਿਆਣਿਆਂ ਨੂੰ ਕਹਿੰਦੇ ਸੁਣਦੇ ਹੁੰਦੇ ਹਾਂ ਵੀ ਚੱਲ ਕੋਈ ਗੱਲ ਨਹੀਂ, ਪਰਮਾਤਮਾ ਜੋ ਕਰਦਾ ਉਹ ਚੰਗੇ ਲਈ ਹੀ ਕਰਦਾ। ਥੋੜ੍ਹੇ ਸਾਲ ਪਹਿਲਾਂ ਮੈਨੂੰ ਇਹ ਚੀਜ਼ਾਂ ਸਮਝ ਨਹੀਂ ਸੀ ਆਉਂਦੀਆਂ ਹੁੰਦੀਆਂ ਹੈ ਨਾ, ਪਰ ਹੁਣ ਜਦੋਂ ਤੁਸੀਂ ਲੋਕਾਂ ਨਾਲ ਵਿਚਰਦੇ ਹੋ ਜਾਂ ਤੁਸੀਂ ਉਸ ਇੱਕ ਲਾਈਫ ਦੇ ਵਿੱਚ ਆ ਗਏ ਹੋ ਨਾ, ਜਿਵੇਂ ਤੁਸੀਂ ਕਹਿੰਦੇ ਗ੍ਰਸਤੀ ਜ਼ਿੰਦਗੀ ਜਾਂ ਜੋ ਵੀ ਆ ਹੈ ਨਾ, ਤਾਂ ਉੱਥੇ ਆ ਕੇ ਹੁਣ ਜਦੋਂ ਤੁਹਾਡੇ ਨਾਲ ਕੁਛ ਚੀਜ਼ਾਂ ਹੁੰਦੀਆਂ ਨੇਗੀਆਂ ਤਾਂ ਹੁਣ ਸਮਝ ਆਉਂਦੀ ਹੈ ਕਿ ਇੱਕ ਟਾਈਮ 'ਤੇ ਤੁਹਾਨੂੰ ਬਹੁਤ ਗੁੱਸਾ ਆਊਗਾ, ਤੁਸੀਂ ਬਹੁਤ ਨਿਰਾਸ਼ ਵੀ ਹੋ ਜਾਓਗੇ, ਤੁਸੀਂ ਪਰਮਾਤਮਾ ਨਾਲ ਵੀ ਗਿਲਾ ਕਰ ਲੈਂਦੇ ਹੋ, ਤੁਸੀਂ ਆਪਣੇ ਆਲੇ ਦੁਆਲੇ ਨਾਲ ਵੀ ਗਿਲਾ ਕਰ ਲੈਂਦੇ ਹੋ, ਪਰ ਕੁਛ ਸਮੇਂ ਬਾਅਦ ਤੁਸੀਂ ਖੁਦ ਮਹਿਸੂਸ ਕਰਨ ਲੱਗ ਜਾਂਦੇ ਹੋ ਜਾ ਕੇ ਕਿ ਨਹੀਂ, ਇਹ ਵਾਕਈ ਜੋ ਹੋਇਆ ਉਹ ਚੰਗੇ ਲਈ ਹੀ ਹੋਇਆ। ਇੱਕ ਸਮੇਂ 'ਤੇ ਤੁਹਾਨੂੰ ਬਹੁਤ ਗੁੱਸਾ ਆਉਂਦਾ ਆਪਣੇ ਆਪ 'ਤੇ ਵੀ, ਨਾਲਦਿਆਂ ਦੇ 'ਤੇ ਵੀ, ਜਾਂ ਫਿਰ ਪਰਮਾਤਮਾ 'ਤੇ ਵੀ ਹੈ ਨਾ ਵੀ ਮੇਰੇ ਨਾਲ ਇਹ ਕਿਉਂ ਹੋਇਆ, ਪਰ ਜੇ ਅਸੀਂ ਸੋਚੀਏ ਕਿ ਇਹ ਜੇ ਹੋਇਆ ਇਹਦਾ ਮਤਲਬ ਇਹਦੇ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਸੀਗਾ ਹੈ ਨਾ। ਇਹਦੇ ਨਾਲ ਮੈਂ ਇਹ ਵੀ ਗੱਲ ਕਰਨਾ ਚਾਹੁੰਦੀ ਹਾਂ ਕਿ ਕਈ ਜਾਣਿਆਂ ਦਾ ਨਾ ਅੱਜ ਬਹੁਤ ਸੋਹਣਾ ਹੁੰਦਾ ਆ, ਉਹ ਐਵੇਂ ਆਉਣ ਵਾਲੇ ਕੱਲ੍ਹ ਨੂੰ ਲੈ ਕੇ ਨਾ ਸਾਰੀ ਤੁਹਾਡੀ ਡੁਸੂੰ ਡੁਸੂੰ ਕਰਦੇ ਰਹਿੰਦੇ ਨੇ। ਇੱਕ ਦਿਨ ਆਪਾਂ ਇੱਥੇ ਗੱਲ ਕਰ ਰਹੇ ਸੀਗੇ ਆਪਣੇ ਹਰਦੀਪ ਭਾਅ ਜੀ ਨੇ ਆਪਣੀ ਟੀਮ ਮੈਂਬਰ, ਅਤੇ ਉਹ ਕਹਿੰਦੇ ਵੀ ਆਪਣੇ ਕੋਲ ਕਦੋਂ ਇੰਨਾ ਪੈਸਾ ਆਊਗਾ ਹੈ ਨਾ, ਵੀ ਆਪਾਂ ਕਿਸੇ ਨੂੰ ਇੰਨੇ ਇੰਨੇ ਮਹਿੰਗੇ ਮਹਿੰਗੇ ਤੋਹਫੇ ਦਿਆ ਕਰਾਂਗੇ ਜਾਂ ਮਤਲਬ ਆਪਣੀ ਜ਼ਿੰਦਗੀ ਸੌਖੀ ਹੋ ਜੂਗੀ। ਮੈਨੂੰ ਉਹਨੇ ਕਿਹਾ ਵੀ ਪਹਿਲਾਂ ਮੈਨੂੰ ਐਂ ਦੱਸੋ ਤੁਸੀਂ ਵੀ ਤੰਦਰੁਸਤੀ ਪੈਸੇ ਨਾਲ ਆਪਾਂ ਤੰਦਰੁਸਤੀ ਖਰੀਦ ਸਕਦੇ ਹਾਂ? ਉਹ ਕਹਿੰਦੇ ਨਹੀਂ। ਮੈਂ ਕਿਹਾ ਬਾਬਾ ਜਿੱਦਣ ਇਹ ਹੋ ਗਿਆ ਨਾ ਵੀ ਆਪਾਂ ਪੈਸੇ ਨਾਲ ਤੰਦਰੁਸਤੀ ਖਰੀਦ ਸਕਦੇ ਹਾਂ, ਆਪਾਂ ਮੇਰੇ ਪੈਸੇ ਬਾਰੇ ਉਦੋਂ ਸੋਚਣ ਲੱਗਾਂਗੇ ਹੈ ਨਾ। ਨਾਲੇ ਇਹ ਚੀਜ਼ਾਂ ਨੇ ਜਿਹੜੀਆਂ ਇਹ ਤੁਹਾਡੇ ਸੋਚਿਆਂ 'ਤੇ ਜਾਂ ਤੁਹਾਡੇ ਘਰਿਆਂ 'ਤੇ ਨਹੀਂ ਆਉਣੀਆਂ, ਤੁਸੀਂ ਮਿਹਨਤ ਕਰ ਸਕਦੇ ਹੋ ਉਸ ਚੀਜ਼ ਨੂੰ ਹਾਸਿਲ ਕਰਨ ਦੇ ਲਈ। ਤੁਹਾਡੇ ਹਿੱਸੇ ਆਉਣੀ ਆ ਕਿ ਨਹੀਂ ਆਉਣੀ ਇਹ ਪਰਮਾਤਮਾ ਤੈਅ ਕਰੂਗਾ, ਇਹ ਤੁਹਾਡੀ ਕਿਸਮਤ ਤੈਅ ਕਰੂਗੀ ਹੈ ਨਾ। ਸੋ ਜੇ ਤੁਸੀਂ ਆਉਣ ਵਾਲੇ ਟਾਈਮ ਨੂੰ ਸੋਚ ਕੇ ਜਾਂ ਫਿਰ ਦੂਜਿਆਂ ਵੱਲ ਦੇਖ ਦੇਖ ਕੇ ਤੁਸੀਂ ਆਪਣਾ ਅੱਜ ਖਰਾਬ ਕਰ ਰਹੇ ਹੋ ਨਾ, ਨਾਲੇ ਤੁਸੀਂ ਸਿਰਫ ਇਕੱਲੇ ਨਹੀਂ ਹੁੰਦੇ, ਤੁਹਾਡੇ ਨਾਲ ਦੇਖੋ ਆਲੇ ਦੁਆਲੇ ਕਿੰਨੇ ਲੋਕ ਜੁੜੇ ਹੁੰਦੇ ਨੇ। ਹੁਣ ਆਪਾਂ ਇੱਥੇ ਦਫ਼ਤਰ ਦੇ ਵਿੱਚ ਇੰਨੇ ਜਾਣੇ ਹਾਂ, ਜੇ ਇੱਕ ਦਿਨ ਇੱਕ ਜਣਾ ਉਦਾਸ ਹੁੰਦਾ ਆਪਾਂ ਸਾਰੇ ਇਫੈਕਟ ਹੁੰਦੇ ਹਾਂ ਉਹਦੇ ਤੋਂ। ਬਿਲਕੁਲ। ਸੋ ਉਸੇ ਤਰੀਕੇ ਦੇ ਨਾਲ ਜੇ ਤੁਸੀਂ ਚੜ੍ਹਦੀ ਕਲਾ 'ਚ ਰਹੋਗੇ ਤੁਹਾਡਾ ਆਲਾ ਦੁਆਲਾ ਵੀ ਓਨਾ ਹੀ ਪੋਜ਼ਿਟਿਵ ਰਹੂਗਾ, ਸਗਾਂ 'ਤੇ ਤੁਹਾਨੂੰ ਦੇਖ ਕੇ ਕੋਈ ਹੋਰ ਦੂਜਾ ਬੰਦਾ ਮੋਟੀਵੇਟ ਹੋਊਗਾ ਹੈ ਨਾ। ਛੋਟੀਆਂ ਛੋਟੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਆਪਾਂ ਇਗਨੋਰ ਕਰਨਾ ਸ਼ੁਰੂ ਕਰੀਏ, ਫਿਰ ਉਹ ਪੈਸੇ ਵਾਲੀ ਗੱਲ ਤੋਂ ਬੰਨ੍ਹ। ਮੈਂ ਕਿਸੇ ਨਾਲ ਗੱਲ ਕੀਤੀ ਅਤੇ ਉਹ ਦੱਸਣ ਲੱਗ ਗਏ ਵੀ ਫਲਾਣਿਆਂ ਨੇ ਅਮਰੀਕਾ 'ਚ 1100 ਪੈਟਰੋਲ ਪੰਪ ਨੇ। ਮੈਂ ਕਿਹਾ ਵੀ ਇੰਨੇ ਪੈਸੇ ਦਾ ਕੀ ਕਰਦੇ ਹੋਣਗੇ? ਕਹਿੰਦੇ ਪਰ ਤੁਹਾਨੂੰ ਪਤਾ ਇੱਕ ਟਾਈਮ 'ਤੇ ਜਾ ਕੇ ਪੈਸਾ ਵੀ ਤੁਹਾਡੇ ਲਈ ਸਿਰਦਰਦੀ ਬਣ ਜਾਂਦਾ। ਸੋ ਇਹਨਾਂ ਦੀ ਲਾਈਫ ਸਾਡੇ ਨਾਲੋਂ ਜ਼ਿਆਦਾ ਮਿਜ਼ਰੇਬਲ ਹੁੰਦੀ ਆ। ਸੋ ਇਹ ਤਾਂ ਮਤਲਬ ਸਮਝੋ ਕਿ ਪਰਮਾਤਮਾ ਦੀ ਤੁਹਾਡੇ 'ਤੇ ਬਹੁਤ ਮਿਹਰ ਆ, ਹਾਲੇ ਜਿਹੜਾ ਉਹਨੇ ਤੁਹਾਨੂੰ ਪੈਸਾ ਨਹੀਂ ਦਿੱਤਾ। ਤੁਹਾਡੀ ਜ਼ਿੰਦਗੀ 'ਚ ਬਹੁਤ ਸਾਰੀਆਂ ਜਿਹੜੀਆਂ ਆਪਾਂ ਕਹਿ ਸਕਦੇ ਟੈਨਸ਼ਨਸ ਨੇ, ਵਰੀਜ਼ ਨੇਗੀਆਂ ਹੈ ਨਾ, ਉਸ ਪਰਮਾਤਮਾ ਨੇ ਹਾਲੇ ਨਹੀਂ ਪਹੁੰਚਦੀਆਂ ਕੀਤੀਆਂ ਤੁਹਾਡੇ ਤੱਕ ਹੈ ਨਾ। ਸੋ ਕਹਿੰਦੇ ਜੋ ਤੁਹਾਡੀ ਲਾਈਫ ਆ ਸਿੰਪਲ ਆ ਇਸ ਟਾਈਮ ਆ ਪੈਸੇ ਤੋਂ ਬਿਨਾਂ ਵਾ ਹੈ ਨਾ, ਤਾਂ ਤੁਸੀਂ ਉਹਨਾਂ ਚੀਜ਼ਾਂ ਨੂੰ ਇੰਜੋਏ ਕਰੋ ਜਦੋਂ ਤੁਹਾਡੀ ਕਿਸਮਤ 'ਚ ਹੋਇਆ, ਜਦੋਂ ਪਰਮਾਤਮਾ ਨੂੰ ਲੱਗਿਆ ਵੀ ਇਹਨਾਂ ਨੂੰ ਹੁਣ ਦਿੱਤਾ ਜਾ ਸਕਦਾ ਵਾ, ਤਾਂ ਉਹ ਤੁਹਾਡੀ ਜ਼ਿੰਦਗੀ 'ਚ ਆ ਵੀ ਜਾਊਗਾ। ਬਿਲਕੁਲ ਗੁਰਦੀਪ, ਸਭ ਤੋਂ ਪਹਿਲਾਂ ਮੈਨੂੰ ਇਹ ਲੱਗਦਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਸੁਣ ਕੇ ਵੀ ਸਾਨੂੰ ਨਾ ਇੱਕ ਝੋਰਾ ਛੱਡਣਾ ਚਾਹੀਦਾ ਹੈ ਨਾ। ਝੋਰਾ ਇਹ ਹੁੰਦਾ ਵੀ ਅੱਜ ਮੇਰੇ ਕੋਲ ਕਾਰ ਆ, ਕੱਲ੍ਹ ਨੂੰ ਮੇਰੇ ਕੋਲ ਚੰਗਾ ਘਰ ਹੋਵੇ ਹੈ ਨਾ। ਬਸ ਝੋਰਾ ਐਂ ਵੀ ਹੁੰਦਾ ਵੀ ਅੱਜ ਮੇਰੇ ਕੋਲ ਮੰਨ ਲਓ ਮੈਂ ਸਾਰੇ ਪੱਖੋਂ ਸੁਖੀ ਹਾਂ ਹੈ ਨਾ, ਮੇਰੇ ਕੋਲ ਚੰਗਾ ਪੈਸਾ ਵੀ ਆ, ਮੇਰੇ ਕੋਲ ਚੰਗੀ ਪ੍ਰੋਪਰਟੀ ਵੀ ਆ, ਚੰਗੇ ਬੱਚੇ ਵੀ ਨੇ, ਮੰਨ ਲਓ ਮੇਰੀ ਸਿਹਤ ਨਹੀਂ ਸਹੀ ਹੈ ਨਾ, ਫਿਰ ਵੀ ਮੈਨੂੰ ਝੋਰਾ ਵੀ ਮੈਂ ਸਹੀ ਕਦੋਂ ਹੋਊਂਗਾ। ਆਉਣ ਵਾਲੇ ਕੱਲ੍ਹ ਦਾ ਸਭ ਤੋਂ ਜ਼ਿਆਦਾ ਝੋਰਾ ਆਪਾਂ ਇਹੀ ਕਹਿੰਦੇ ਹਾਂ ਵੀ ਯਾਰ ਅੱਜ ਨਹੀਂ ਆ ਕਰਾਂਗੇ, ਜਦੋਂ ਐਂ ਹੋ ਜਾਂਗੇ ਫਿਰ ਕਰਾਂਗੇ ਹੈ ਨਾ। ਤੁਹਾਨੂੰ ਪਤਾ ਵੀ ਤੁਸੀਂ ਐਂ ਹੋ ਜਾਓਗੇ ਜਦੋਂ ਤੁਸੀਂ ਕਰੋਗੇ ਹੈ ਨਾ। ਹੋ ਸਕਦਾ ਉਸ ਵਕਤ ਤੁਹਾਨੂੰ ਪਰਮਾਤਮਾ ਸਭ ਕੁਛ ਦੇ ਦੇਵੇ, ਤੁਹਾਨੂੰ ਉਹ ਕਰਨ ਵਾਲੀ ਸਿਹਤ ਹੀ ਨਾ ਦੇਵੇ। ਸਾਡੇ ਇੱਕ ਨੋਨ ਨੇ, ਮੈਂ ਉਹਨਾਂ ਕੋਲ ਸਭ ਕੁਛ ਆ, ਮਤਲਬ ਜੋ ਜ਼ਿੰਦਗੀ 'ਚ ਤੁਹਾਨੂੰ ਚਾਹੀਦਾ ਹੁੰਦਾ, ਪਰ ਉਹ ਮਹੀਨੇ ਦਾ 25,000 ਦਾ ਇੰਜੈਕਸ਼ਨ ਲਵਾਉਂਦੇ ਨੇ ਸਿਰਫ ਇਸ ਲਈ ਵੀ ਉਹ ਜ਼ਿੰਦਗੀ ਨੂੰ ਹੋਰ ਜਿਉਂ ਸਕਣ। ਉਹਨਾਂ ਨੂੰ ਇੱਕ ਇਸ ਤਰੀਕੇ ਦੀ ਬਿਮਾਰੀ ਆ ਹੈ ਨਾ। ਤਾਂ ਕੀ ਤੁਹਾਨੂੰ ਲੱਗਦਾ ਵੀ ਉਹਨਾਂ ਨੂੰ ਉਹਨਾਂ ਉਸ ਜਾਇਦਾਦ ਦਾ ਕੋਈ ਲੁਤਫ ਆ? ਉਹਨਾਂ ਨੂੰ ਸਿਰਫ ਇੱਕ ਉਹ ਇੰਜੈਕਸ਼ਨ ਯਾਦ ਰਹਿੰਦਾ ਵੀ ਮੈਂ ਉਹ ਲੈਣਾ ਅਤੇ ਉਹਦੇ ਨਾਲ ਮੇਰੇ ਜਿਹੜੀ ਸਿਹਤ ਆ ਉਹ ਸਹੀ ਰਹਿਣੀ ਆ, ਅਤੇ ਫਿਰ ਹੀ ਮੈਂ ਇਹ ਸਾਰੀਆਂ ਚੀਜ਼ਾਂ ਨੂੰ ਇੰਜੋਏ ਕਰ ਸਕਦਾ ਨਾ। ਚੱਜ ਤੁਹਾਡੇ ਕੋਲ ਚੰਗਾ ਖਾਣ ਨੂੰ ਆ, ਚੰਗਾ ਪਹਿਨਣ ਨੂੰ ਆ, ਫਿਰ ਵੀ ਤੁਸੀਂ ਸੋਚਦੇ ਹੋ ਵੀ ਮੈਂ ਆਹ ਸਭ ਕੁਛ ਕੱਲ੍ਹ ਨੂੰ ਜਾ ਕੇ ਕਰੂੰਗਾ ਹੈ ਨਾ, ਫਿਰ ਤਾਂ ਤੁਹਾਡੇ ਤੋਂ ਢਹਿੰਦੀ ਗੱਲ ਵਾਲਾ ਕੋਈ ਬੰਦਾ ਹੀ ਨਹੀਂ ਹੈਗਾ। ਜੇ ਤੁਸੀਂ ਇਹ ਸੋਚਦੇ ਹੋ ਵੀ ਮੈਨੂੰ ਆਹ ਦਿੱਤਾ ਰੱਬ ਨੇ, ਆਹ ਦਿੱਤਾ ਨਹੀਂ ਹੈਗਾ ਹੈ ਨਾ, ਫਿਰ ਤੁਸੀਂ ਸੱਚੀ ਮੂਰਖ ਹੋ। ਜੇ ਤੁਹਾਨੂੰ ਜੋ ਦਿੱਤਾ ਗਿਆ ਤੁਸੀਂ ਉਹ ਨਹੀਂ ਦੇਖ ਰਹੇ। ਬਹੁਤ ਸਾਰੇ ਲੋਕ ਨੇ ਜਿਹੜੇ ਉਹ ਇਹ ਕਹਿਣਗੇ, ਖਾਸ ਕਰਕੇ ਆਪਾਂ ਨੂੰ ਕੁੜੀਆਂ ਨੂੰ ਬਹੁਤ ਆਦਤ ਹੁੰਦੀ ਆ ਵੀ ਮੇਰੇ ਨਿਆਣੇ ਬਹੁਤ ਸਮਝਦਾਰ ਨੇ, ਪਰ ਮੇਰਾ ਨਾ ਘਰ ਵਾਲਾ ਚੰਗਾ, ਨਾ ਮੇਰੇ ਸਹੁਰੇ ਚੰਗੇ ਨੇ, ਹੈ ਨਾ।
ਕੀ ਤੁਹਾਨੂੰ ਆਪਦੇ ਨਿਆਣੇ ਸਮਝਦਾਰ ਹੋਣ ਦਾ ਪ੍ਰਾਊਡ ਨਹੀਂ ਹੈਗਾ ਵੀ ਕੁਦਰਤ ਨੇ ਤੁਹਾਨੂੰ ਉਹ ਚੀਜ਼ ਬਖਸ਼ੀ ਆ, ਤੁਹਾਨੂੰ ਇੱਕ ਚੰਗੀ ਸਿਹਤ ਬਖਸ਼ੀ, ਤੁਹਾਨੂੰ ਇੱਕ ਖੁੱਲ੍ਹਾ ਦਿਮਾਗ ਬਖਸ਼ਿਆ, ਹੈ ਨਾ। ਕਿਸੇ ਨੇ ਛੋਟੀ ਜਿਹੀ ਇੱਕ ਕਹਾਣੀ ਲਿਖੀ ਹੋਈ ਸੀ, ਕਹਿੰਦੇ ਵੀ ਕਿਸੇ ਦਰਗਾਹ 'ਤੇ ਦੋ ਬੰਦੇ ਗਏ, ਇੱਕ ਖੜਾ ਰੱਬ ਨੂੰ ਪ੍ਰਾਰਥਨਾ ਕਰ ਰਿਹਾ ਵੀ ਮੈਨੂੰ ਆਹ ਚਾਹੀਦਾ ਸੀ, ਤੂੰ ਮੈਨੂੰ ਜ਼ਿੰਦਗੀ 'ਚ ਦਿੱਤਾ ਹੀ ਨਹੀਂ, ਮੈਂ ਉਹਦੇ ਲਈ ਕਿੰਨੀ ਮਿਹਨਤ ਕਰ ਰਿਹਾ, ਹੈ ਨਾ। ਦੂਜਾ ਇੱਕ ਬੰਦਾ ਜਿਹੜਾ ਪੈਰਾਂ ਤੋਂ ਚੱਲ ਵੀ ਨਹੀਂ ਸੀ ਰਿਹਾ, ਉਹ ਕਹਿੰਦਾ ਵੀ ਮੈਂ ਤੇਰਾ ਬਹੁਤ ਧੰਨਵਾਦੀ ਹਾਂ, ਤੂੰ ਮੈਨੂੰ ਤੈਨੂੰ ਦੇਖਣ ਲਈ ਅੱਖਾਂ ਦਿੱਤੀਆਂ, ਹੈ ਨਾ। ਅਤੇ ਇਹ ਤੁਸੀਂ ਤੈਅ ਕਰਨਾ ਵੀ ਤੁਸੀਂ ਇੰਜੋਏ ਕਿਸ ਚੀਜ਼ ਨੂੰ ਕਰਨਾ। ਮੈਨੂੰ ਤਾਂ ਹਮੇਸ਼ਾ ਹੀ ਲੱਗਦਾ ਹੁੰਦਾ ਵੀ ਪਰਮਾਤਮਾ ਨੇ ਸਾਨੂੰ ਕਰੋੜਾਂ ਤੋਂ ਥੱਲੇ ਜ਼ਰੂਰ ਰੱਖਿਆ ਹੋਊ, ਪਰ ਸਾਨੂੰ ਲੱਖਾਂ ਤੋਂ ਬਿਹਤਰ ਵੀ ਰੱਖਿਆ। ਤੁਸੀਂ ਉਹ ਚੀਜ਼ ਦੇਖਣੀ ਆ, ਹੈ ਨਾ। ਸੱਚੀ ਜਦੋਂ ਕੋਈ ਢੰਗ ਦੀ ਕਲਾ 'ਚ ਤਾਂ ਉਹਦੇ ਨਾਲ ਪੋਜ਼ਿਟਿਵ ਗੱਲਾਂ ਕਰੋ, ਉਹਦੇ ਕੋਲ ਆਪਣਾ ਦੁੱਖ ਕਦੀ ਨਾ ਫਰੋਲਣ ਲੱਗ ਜਾਓ। ਨੁਕਸਾਨ ਹਰ ਚੀਜ਼ 'ਚ ਹੋਣਗੇ, ਤੁਹਾਡੇ ਬਿਜ਼ਨਸ 'ਚ ਵੀ ਹੋਣਗੇ, ਤੁਹਾਡੇ ਰਿਸ਼ਤਿਆਂ 'ਚ ਵੀ ਹੋਣਗੇ, ਅਤੇ ਪਰ ਯਕੀਨ ਮੰਨੋ ਇਸ ਚੀਜ਼ ਤੋਂ ਤੁਹਾਨੂੰ ਹਟਣਾ ਪਊਗਾ ਵੀ ਤੁਸੀਂ ਦੁਨੀਆਂ ਦੇ ਸਭ ਤੋਂ ਦੁਖੀ ਬੰਦੇ ਹੋ, ਹੈ ਨਾ। ਨਾਲੇ ਦੂਸਰੀ ਗੱਲ ਭੈਣੇ ਇਹ ਹੈ ਵੀ ਲਾਈਫ ਕਦੇ ਵੀ, ਜ਼ਿੰਦਗੀ ਕਦੇ ਵੀ ਪਰਫੈਕਟ ਨਹੀਂ ਹੋ ਸਕਦੀ, ਨਾ ਦੁਬਾਰਾ ਮਿਲਣੀ ਹੈ, ਨਾ ਦੁਬਾਰਾ ਮਿਲਣੀ ਹੈ, ਅਤੇ ਨਾ ਹੀ ਆਪਾਂ ਸੰਤੁਸ਼ਟ ਹੋ ਸਕਦੇ ਹਾਂ, ਹੈ ਨਾ। ਜਿਵੇਂ ਛੋਟੀ ਜਿਹੀ ਗੱਲ ਆ ਕਿ ਬੰਦਾ ਨਾ ਸਾਰੀ ਦਿਹਾੜੀ ਕੁੜਦਾ ਹੀ ਰਹਿੰਦਾ, ਮੈਂ ਆਹ ਵੀ ਕਰ ਲਾਂ, ਮੈਂ ਉਹ ਵੀ ਕਰ ਲਾਂ, ਹੈ ਨਾ। ਮੇਰੀ ਭੈਣ ਉਹਨੂੰ ਬਹੁਤ ਜ਼ਿਆਦਾ ਮਹਿੰਗੇ ਕੱਪੜੇ ਨਹੀਂ ਸੀ ਲੈਂਦੀ, ਮੈਥੋਂ 2 ਸਾਲ ਵੱਡੀ ਆ, ਅਤੇ ਇੱਕ ਦਿਨ ਉਹਨੂੰ ਮੈਨੂੰ ਕਹਿੰਦੀ ਮੈਂ ਸ਼ੋਪਿੰਗ ਕਰਕੇ, ਮੈਂ ਕਿਹਾ ਚਲ ਸ਼ੁਕਰ ਆ ਤੂੰ ਵੀ ਸ਼ੋਪਿੰਗ ਕੀਤੀ, ਮੈਂ ਕਿਹਾ ਵੀ ਕਰ ਲਿਆ ਕਰ ਵੀ ਨਵੇਂ ਕੱਪੜੇ ਲੈ ਲਿਆ ਕਰ ਛੇਤੀ। ਉਹ ਕਹਿੰਦੀ ਹਾਂ, ਕਹਿੰਦੀ ਮੈਂ ਨਾ ਇੱਕ ਦਿਨ ਸੋਚਿਆ ਵੀ ਮੈਂ ਹੁਣ ਤੱਕ, ਮੈਂ 34 ਸਾਲ ਦੀ ਮੇਰੀ ਉਮਰ ਹੋ ਗਈ, ਮੈਂ ਸੋਚੀ ਜਾਂਦੀ ਹਾਂ ਵੀ ਮੈਂ ਵੀ ਇਹੋ ਜਿਹੇ ਕੱਪੜੇ ਪਾਇਆ ਕਰੂੰ, ਵੀ ਮੈਂ ਵੀ ਕਿਸੇ ਟਾਈਮ ਇੰਨਾ ਮਹਿੰਗਾ ਆਹ ਚੀਜ਼ ਲਊਂਗੀ ਨਾ। ਕਹਿੰਦੀ ਮੈਂ ਸੋਚਿਆ ਵੀ 34 ਸਾਲ ਦੀ ਤਾਂ ਮੈਂ ਹੋ ਗਈ, ਹੋਰ ਕਦੋਂ, ਹੈ ਨਾ। ਵੀ ਤੁਸੀਂ ਆਉਣ ਵਾਲੇ ਟਾਈਮ ਨੂੰ ਸੋਚ ਸੋਚ ਕੇ, ਆਉਣ ਵਾਲੇ ਟਾਈਮ ਲਈ ਮੈਂ ਆਹ ਵੀ ਜੋੜ ਲਾਂ, ਆਹ ਵੀ ਕਰ ਲਾਂ, ਇਹ ਵੀ ਕਰ ਲਾਂ, ਤੁਸੀਂ ਆਪਣਾ ਅੱਜ ਕਿੰਨਾ ਖਰਾਬ ਕਰ ਰਹੇ ਹੋ। ਕੱਲ੍ਹ ਤੁਹਾਡੀ ਜ਼ਿੰਦਗੀ 'ਚ ਹੈਗਾ ਕਿ ਨਹੀਂ ਹੈਗਾ ਇਹ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਪਤਾ, ਹੈ ਨਾ। ਪਰ ਅੱਜ ਹੈਗਾ ਨਾ, ਇਹ ਫਿਲਹਾਲ ਦੀ ਘੜੀ ਤੁਹਾਡੇ ਸਾਹ ਚੱਲਦੇ ਨੇ, ਤੁਹਾਡੀਆਂ ਅੱਖਾਂ ਦੁਨੀਆਂ ਨੂੰ ਦੇਖ ਰਹੀਆਂ ਨੇ, ਹੈ ਨਾ। ਤਾਂ ਉਸ ਚੀਜ਼ ਦਾ ਹਮੇਸ਼ਾ ਸ਼ੁਕਰਾਨਾ ਵੀ ਕਰੋ, ਅਤੇ ਆਪਣੀ ਜ਼ਿੰਦਗੀ ਨੂੰ ਉਸੇ ਲਾਈਨ 'ਤੇ ਰਹਿੰਦਿਆਂ ਹੋਇਆਂ ਇੰਜੋਏ ਵੀ ਕਰੋ, ਹੈ ਨਾ। ਜਿਵੇਂ ਆਪਾਂ ਕਹਿੰਦੇ ਲਾਈਫ 'ਚ, ਮਤਲਬ ਇਹ ਤਾਂ ਇੱਕ ਰੋਲਰ ਕੋਸਟਰ ਰਾਈਡ ਆ ਵੀ ਤੁਸੀਂ ਕਦੇ ਜ਼ਿੰਦਗੀ 'ਚ ਥੱਲੇ, ਕਦੇ ਜ਼ਿੰਦਗੀ 'ਚ ਤੁਸੀਂ ਉੱਪਰ, ਹੈ ਨਾ। ਇਹ ਸਾਨੂੰ ਐਕਸੈਪਟ ਕਰ ਲੈਣਾ ਚਾਹੀਦਾ ਵੀ ਜ਼ਿੰਦਗੀ 'ਚ ਕਦੇ ਵੀ ਕਿੱਦਾਂ ਦੇ ਵੀ ਹਾਲਾਤ ਬਣ ਸਕਦੇ ਨੇਗੇ, ਹਾਂ, ਪਰ ਉਹਨਾਂ ਹਾਲਾਤਾਂ ਦੇ ਨਾਲ ਤੁਸੀਂ ਕਿਵੇਂ ਨਜਿੱਠਦੇ ਹੋ, ਤੁਹਾਡੀ ਮਾਨਸਿਕਤਾ, ਹੈ ਨਾ, ਉਹ ਕੀ ਹੋਣੀ ਚਾਹੀਦੀ ਆ, ਇਹ ਤੁਹਾਡੇ 'ਤੇ ਬਿਲਕੁਲ ਨਿਰਭਰ ਕਰਦਾ। ਇਹ ਸਭ ਚੀਜ਼ਾਂ ਤੁਹਾਡੇ ਹੱਥ 'ਚ ਨੇ, ਜ਼ਿੰਦਗੀ 'ਚ ਕਿੱਦਾਂ ਦੀ ਕੋਈ ਸਿਚੁਏਸ਼ਨ ਬਣਨੀ ਇਹ ਤੁਹਾਡੇ ਹੱਥ 'ਚ ਕਦੇ ਵੀ ਨਹੀਂ ਹੁੰਦੀ ਹੈਗੀ। ਬਿਲਕੁਲ ਗੁਰਦੀਪ, ਬਹੁਤ ਜ਼ਿਆਦਾ ਭਰੇ ਹੋਏ ਲੋਕ ਵੀ ਨੇ ਨਾ, ਜਿਹੜੇ ਜਿਨ੍ਹਾਂ ਕੋਲ ਸਭ ਤੋਂ ਜ਼ਿਆਦਾ ਸੁੱਖ ਆਰਾਮ ਦੀਆਂ ਸਹੂਲਤਾਂ ਨੇ, ਮੈਨੂੰ ਲੱਗਦਾ ਵੀ ਉਹ ਵੀ ਬਹੁਤ ਜ਼ਿਆਦਾ ਬੇਚੈਨ ਨੇ। ਉਹਦਾ ਕਾਰਨ ਇਹ ਨਹੀਂ ਹੈਗਾ ਵੀ ਰੱਬ ਨੇ ਤੁਹਾਨੂੰ ਕੋਈ ਥੋੜ ਰੱਖੀ ਆ, ਉਹਦਾ ਕਾਰਨ ਇਹ ਆ ਵੀ ਅਸਲ 'ਚ ਤੁਹਾਨੂੰ ਸੰਤੁਸ਼ਟ ਹੋਣਾ ਨਹੀਂ ਆਇਆ, ਹੈ ਨਾ। ਅੱਜ ਦੇ ਜ਼ਮਾਨੇ 'ਚ ਸਭ ਤੋਂ ਜ਼ਿਆਦਾ ਲੋਕਾਂ ਨੂੰ ਇਹ ਝੋਰਾ ਵੀ ਮੈਂ ਫਲਾਣੇ ਦਾ ਇੰਨਾ ਕੀਤਾ, ਉਹਨੇ ਮੇਰਾ ਜਮਾਂ ਹੀ ਨਹੀਂ ਕੀਤਾ। ਮੈਨੂੰ ਵੀ ਕਈ ਵਾਰੀ ਬਹੁਤ ਹੁੰਦਾ, ਕਿਉਂਕਿ ਮੈਨੂੰ ਇਹ ਲੱਗਦਾ ਹੁੰਦਾ ਸੀ ਵੀ ਮੈਂ ਬਹੁਤ ਸਾਰੀਆਂ ਚੀਜ਼ਾਂ ਨੂੰ ਬਹੁਤ ਇਮਾਨਦਾਰੀ ਨਾਲ ਨਿਭਾਇਆ ਜ਼ਿੰਦਗੀ 'ਚ, ਹੈ ਨਾ। ਪਰ ਉਹਨਾਂ ਬਦਲੇ ਮੈਨੂੰ ਬਹੁਤ ਵਾਰ ਇਸ ਚੀਜ਼ ਦਾ ਰਿਗਰੈਟ ਹੋਇਆ ਵੀ ਸ਼ਾਇਦ ਜੋ ਮੈਂ ਡਿਜ਼ਰਵ ਕਰਦੀ ਸੀ ਮੈਨੂੰ ਜ਼ਿੰਦਗੀ 'ਚ ਮਿਲਿਆ ਨਹੀਂ। ਪਰ ਉਸ ਤੋਂ ਬਾਅਦ ਮੈਂ ਸੋਚਣਾ ਸ਼ੁਰੂ ਕੀਤਾ, ਤੁਹਾਡੀ ਇੱਕ ਸਿਚੁਏਸ਼ਨ ਹੁੰਦੀ ਆ, ਹੋ ਸਕਦਾ ਮੈਂ ਪਹਿਲੇ 5 ਸਾਲ ਬਹੁਤ ਘਬਰਾਈ ਹੋਵਾਂ, 10 ਸਾਲ ਮੈਨੂੰ ਉਸ ਤੋਂ ਵੀ ਜ਼ਿਆਦਾ ਮੈਨੂੰ ਲੱਗਿਆ ਹੋਵੇ ਵੀ ਮੇਰੇ ਨਾਲ ਜ਼ਿੰਦਗੀ 'ਚ ਕੀ ਵਾਪਰ ਰਿਹਾ, ਨਾ। ਪਰ ਉਸ ਤੋਂ ਬਾਅਦ ਇੱਕ ਸਿਚੁਏਸ਼ਨ ਆਉਂਦੀ ਆ, ਮੈਨੂੰ ਲੱਗਦਾ ਤੁਹਾਨੂੰ ਵੇਟ ਕਰਨੀ ਚਾਹੀਦੀ ਆ ਉੱਥੋਂ ਤੱਕ, ਹੈ ਨਾ, ਜਿੱਥੇ ਆ ਕੇ ਮੈਨੂੰ ਇਹ ਲੱਗਿਆ ਵੀ ਇੱਕ ਇਨਸਾਨ, ਜੇ ਤੁਸੀਂ ਇਹ ਸੋਚਦੇ ਹੋ ਵੀ ਤੁਸੀਂ ਪੂਰੀ ਦੁਨੀਆਂ ਨੂੰ ਬਦਲ ਲਓ, ਮੈਨੂੰ ਸਕੂਨ ਆ ਜਾਏਗਾ, ਹੈ ਨਾ। ਉਸ ਤੋਂ ਵਧੀਆ ਨਹੀਂ ਤੁਸੀਂ ਖੁਦ ਨੂੰ ਬਦਲ ਲਓ, ਪੂਰੀ ਦੁਨੀਆਂ 'ਤੇ ਮਿਹਨਤ ਕਰਨ ਨਿਕਲ ਰਹੇ ਹੋ, ਉਹਦੇ ਨਾਲੋਂ ਵਧੀਆ ਤੁਸੀਂ ਸਿਰਫ ਆਪਣੇ ਆਪ ਨੂੰ ਬਦਲਣਾ ਜਾਂ ਬਟ ਤੁਸੀਂ ਇਹ ਵਿਚਾਰ ਦਾ ਖੇੜਾ ਹੀ ਛੱਡ ਦੋ ਵੀ ਮੈਂ ਕਿਸੇ ਜੋ ਮੇਰੇ ਲਈ ਕੋਈ ਬਦਲ ਜੋ ਮੇਰੇ ਲਈ ਕੋਈ ਕਿਸੇ ਨੂੰ ਬਦਲ ਦੇਵਾਂ। ਬਿਲਕੁਲ, ਤੇ ਮੈਨੂੰ ਲੱਗਦਾ ਹੁੰਦਾ ਵੀ ਇਸ ਉਮੀਦ 'ਚ ਬਹੁਤ ਸਾਰੇ ਲੋਕ ਦੁਖੀ ਨੇ ਵੀ ਮੇਰਾ ਫਲਾਣੇ ਨੇ ਨਹੀਂ ਕੀਤਾ। ਮੈਨੂੰ ਲੱਗਦਾ ਵੀ ਜਦੋਂ ਤੁਸੀਂ 1 ਸਾਲ 2 ਸਾਲ 3 ਸਾਲ ਦਾ ਜ਼ਿੰਦਗੀ 'ਚ ਇਹੋ ਜਿਹਾ ਕੋਈ ਤਜਰਬਾ ਹੰਢਾ ਲਿਆ, ਫਿਰ ਤੁਹਾਨੂੰ ਕਰਨਾ ਚਾਹੀਦਾ ਵੀ ਮੈਂ ਉਹਦਾ ਕੀਤਾ, ਉਹਨੇ ਮੇਰਾ ਨਹੀਂ ਕੀਤਾ, ਉਸ ਤੋਂ ਵਧੀਆ ਨਹੀਂ ਮੈਂ ਹੁਣ ਉਹਦਾ ਕਰਨਾ ਛੱਡ ਕੇ ਆਪਣਾ ਆਪ ਹੀ ਕਰਨਾ ਸ਼ੁਰੂ ਕਰ ਲਾਂ, ਹੈ ਨਾ। ਸਹੀ ਗੱਲ, ਬਹੁਤ ਸਾਰੇ ਬੰਦੇ ਨੇ ਜਿਹੜੇ ਉਹ ਕਾਰੋਬਾਰ ਦੇ ਘਾਟਿਆਂ ਨੂੰ ਪਰਿਵਾਰ 'ਚ ਲਿਆਉਂਦੇ ਨੇ, ਸਾਰਾ ਮਾਹੌਲ ਉਹੋ ਜਿਹਾ ਬਣਾ ਦੇਣਗੇ। ਬਹੁਤ ਸਾਰੀਆਂ ਜਿਹੜੀਆਂ ਔਰਤਾਂ ਨੇ ਉਹ ਰਿਸ਼ਤਿਆਂ ਦੇ ਘਾਟੇ ਨੂੰ ਸਾਰਾ ਦਿਨ ਡਿਸਕਸ ਕਰਦੀਆਂ ਰਹਿੰਦੀਆਂ ਨੇ, ਉਹ ਪਰਿਵਾਰ ਦਾ ਪੂਰਾ ਮਾਹੌਲ ਉਹੋ ਜਿਹਾ ਬਣਾ ਦੇਣਗੇ, ਹੈ ਨਾ। ਮੈਂ ਇੱਕ ਛੋਟਾ ਜਿਹਾ ਆਰਟੀਕਲ ਲਿਖਿਆ ਸੀ ਖਾਸ ਕਰਕੇ ਔਰਤਾਂ ਲਈ ਵੀ ਜ਼ਿੰਦਗੀ 'ਚ ਜੇ ਤੁਹਾਨੂੰ ਲੱਗਦਾ ਵੀ ਤੁਹਾਡਾ ਹਾਲਾਤ ਤੁਹਾਡੇ ਮੁਤਾਬਕ ਨਹੀਂ, ਹੈ ਨਾ, ਮੰਨ ਲਓ ਤੁਸੀਂ ਕਿਤੇ ਵਿਆਹ ਹੀ ਗਏ, ਉੱਥੇ ਤੁਹਾਡੇ ਹਾਲਾਤ ਤੁਹਾਡੇ ਮੁਤਾਬਕ ਨਹੀਂ ਸੀਗੇ, ਉਹਨਾਂ ਨੂੰ ਬਦਲਣ ਦੀ ਬਜਾਏ
ਪੱਕੇ ਘੜਿਆਂ ਨੂੰ ਢਾਲਣ ਦੀ ਬਜਾਏ ਤੁਸੀਂ ਕੱਚੇ ਘੜੇ ਜਿਹੜੇ ਤੁਹਾਡੇ ਨਿਆਣੇ ਨੇ ਉਹਨਾਂ 'ਤੇ ਮਿਹਨਤ ਕਰੋ ਤਾਂ ਜੋ ਤੁਹਾਡਾ ਆਉਣ ਵਾਲਾ ਬੁਢਾਪਾ ਸਹੀ ਹੋਵੇ, ਹੈ ਨਾ। ਇਸੇ ਤਰ੍ਹਾਂ ਬਹੁਤ ਸਾਰੇ ਬੰਦੇ ਨੇ ਜਿਨ੍ਹਾਂ ਨੂੰ ਲੱਗਦਾ ਵੀ ਜ਼ਿੰਦਗੀ 'ਚ ਅਸੀਂ ਆਹ ਕਰਨਾ ਚਾਹੁੰਦੇ ਸੀ ਪਰ ਅਸੀਂ ਕਰ ਨਹੀਂ ਸਕੇ, ਹੈ ਨਾ। ਉਹਨਾਂ ਨੂੰ ਚਾਹੀਦਾ ਜੋ ਤੁਸੀਂ ਕਰ ਰਹੇ ਹੋ ਉਹਨੂੰ ਹੋਰ ਬਿਹਤਰੀ ਨਾਲ ਕਰ ਲਓ ਤਾਂ ਉਨਾ ਹੀ ਬਹੁਤ ਹੈ। ਜੇ ਮੁਕਾਬਲਾ ਕਰਨ ਲੱਗ ਜਾਓਗੇ ਤਾਂ 10 ਮੇਰੇ ਤੋਂ ਉੱਪਰ ਵੀ ਖੜੇ ਨੇ ਤੇ ਹੋ ਸਕਦਾ 5 ਮੇਰੇ ਤੋਂ ਥੱਲੇ ਵੀ ਹੋਣ, ਹੈ ਨਾ। ਤੇ ਮੁਕਾਬਲੇ 'ਚ ਨਾ ਪਾਓ, ਤੁਸੀਂ ਇਕੱਲੇ ਹੀ ਘੋੜ ਸਵਾਰ ਹੋ ਤੇ ਤੁਹਾਡਾ ਇਕੱਲੇ ਹੀ ਤੁਸੀਂ ਨੇ ਆਪਣੀ ਜ਼ਿੰਦਗੀ ਨੂੰ ਜਿੱਤਣਾ ਤੇ ਆਪਣੇ ਢੰਗ ਨਾਲ ਹੀ ਜਿਉਵੋ। ਬਸ ਇਹੀ ਮੈਨੂੰ ਲੱਗਦਾ ਵੀ ਸਭ ਤੋਂ ਵਧੀਆ ਮੂਲ ਮੰਤਰ ਆ ਵੀ ਦੁਨੀਆ ਕੀ ਕਰਦੀ ਹੈ, ਕੀ ਸੋਚਦੀ ਹੈ, ਤੁਹਾਡੇ ਬਾਰੇ ਦੁਨੀਆ ਨੇ ਕੀ ਸੋਚ ਰੱਖਿਆ, ਤੁਹਾਨੂੰ ਦੁਨੀਆ ਕਿਵੇਂ ਚਲਾਉਣਾ ਚਾਹੁੰਦੀ ਹੈ, ਇਹ ਛੱਡ ਕੇ ਆਪਣੇ ਆਪ ਨੂੰ ਪੁੱਛੋ ਵੀ ਤੁਸੀਂ ਕਿਵੇਂ ਜੀਣਾ ਚਾਹੁੰਦੇ ਹੋ। ਹਾਂ ਬਿਲਕੁਲ, ਨਾਲੇ ਜ਼ਿੰਦਗੀ ਆ ਉਹ ਚੱਲੀ ਜਾਣੀ ਹੁੰਦੀ ਆ ਤੁਹਾਡੇ ਨਾਲ ਵੀ ਅਤੇ ਤੁਹਾਡੇ ਤੋਂ ਬਿਨਾਂ ਵੀ, ਪਰ ਜਿੰਨੀ ਕੁ ਤੁਹਾਡੇ ਹਿੱਸੇ ਪਰਮਾਤਮਾ ਨੇ ਜ਼ਿੰਦਗੀ ਲਿਖੀ ਆ ਜਾਂ ਸਾਹ ਲਿਖੇ ਨੇ ਉਹਨਾਂ ਨੂੰ ਅਸੀਂ ਕਿਸੇ ਅਰਥ ਲਾਈਏ। ਜ਼ਿੰਦਗੀ 'ਚ ਮਿਹਨਤ ਜ਼ਰੂਰ ਕਰੋ ਆਪਣੇ ਆਪਣੇ ਸੁਪਨਿਆਂ ਨੂੰ ਪੂਰੇ ਕਰਨ ਲਈ ਜਾਂ ਆਪਣੀ ਬਿਹਤਰ ਜ਼ਿੰਦਗੀ ਦੇ ਲਈ, ਹੈ ਨਾ। ਉਹ ਕਰਮ ਕਰਦੇ ਰਹਿਣਾ ਸਾਡਾ ਬਹੁਤ ਵੱਡਾ ਫਰਜ਼ ਹੁੰਦਾ ਅਤੇ ਸਾਨੂੰ ਕਰਨਾ ਵੀ ਚਾਹੀਦਾ ਆ। ਅਤੇ ਕਈ ਲੋਕ, ਮੈਂ ਇਹ ਵੀ ਦੇਖਿਆ, ਮਤਲਬ ਮੁੱਕਦੀ ਜੀ ਗੱਲ ਆ ਵੀ ਉਹ ਨਾ ਜ਼ਿੰਦਗੀ 'ਚ ਪਲੈਨ ਬਣਾਈ ਜਾਣਗੇ, ਹੈ ਨਾ, ਪਰ ਪੂਰੇ ਕਦੇ ਨਹੀਂ ਕਰਦੇ। ਮੇਰੀ ਹੁਣ ਇੱਕ ਸਹੇਲੀ ਆ, ਮੈਂ ਉਹਨੂੰ ਕਹਿੰਦਾ ਵੀ ਆਪਾਂ ਕਿਤੇ ਘੁੰਮਣ ਚੱਲੀਏ, ਕਹੂਗੀ ਹਾਂ ਸਿਆਲ ਆ ਲੈਣ ਦੀ। ਜੇ ਮੈਂ ਸਿਆਲਾਂ 'ਚ ਕਹੂੰਗੀ ਵੀ ਆਪਾਂ ਕਿਤੇ ਚੱਲੀਏ, ਹੁਣ ਠੰਡ ਬਾਹਲੀ ਨੀ, ਇਹਨੂੰ ਆਪਾਂ ਅੱਗੇ ਕਰ ਲੈਂਦੇ ਹਾਂ, ਆਪਾਂ ਮਾਰਚ ਅਪ੍ਰੈਲ ਦੇ ਮਹੀਨੇ ਚੱਲਾਂਗੇ। ਸਹੀ, ਐਵੇਂ ਨਹੀਂ ਕਰਨਾ ਚਾਹੀਦਾ, ਕੀ ਪਤਾ ਤੁਸੀਂ ਮਾਰਚ ਅਪ੍ਰੈਲ ਦੇਖੋ ਨਾ ਹੋਰ ਤੇ ਮੇਰੀ ਫੋਟੋ ਤੁਸੀਂ ਆਫਿਸ 'ਚ ਡੰਗ ਕੇ ਉੱਤੇ ਆਰਤੀ ਗੱਲ ਨਹੀਂ, ਪਰਮਾਤਮਾ ਕਰੇ ਚਲੋ ਇੱਦਾਂ ਦਾ ਨਾ ਕੁਛ ਹੋ ਗਿਆ। ਸਹੀ ਗੱਲ ਆ ਵੀ ਮੁੱਕਦੀ ਗੱਲ ਇਹੀ ਆ ਵੀ ਜ਼ਿੰਦਗੀ ਸ਼ੀਸ਼ਾ ਹੈ, ਹੈ ਨਾ। ਉਹਦੇ ਅੱਗੇ ਜਿਹੋ ਜਿਹੇ ਬਣ ਕੇ ਖੜੋਂਗੇ ਮੈਨੂੰ ਲੱਗਦਾ ਉਹੋ ਜਿਹੀ ਦਿਖੋਗੇ, ਹੱਸ ਕੇ ਖੜੋਂਗੇ ਤਾਂ ਹੱਸ ਕੇ ਹੀ ਦਿਖੋਗੇ, ਜੇ ਰੋ ਕੇ ਖੜੋਂਗੇ ਤਾਂ ਰੋ ਕੇ ਹੀ ਦਿਖੋਗੇ, ਹੈ ਨਾ। ਅਤੇ ਇਸ ਲਈ ਬਹੁਤ ਕੁਛ ਹੁੰਦਾ ਜ਼ਿੰਦਗੀ 'ਚ, ਹੋ ਸਕਦਾ ਲੋਕਾਂ ਨੂੰ ਲੱਗ ਰਿਹਾ ਹੋਊਗਾ ਵੀ ਤੁਸੀਂ ਵਧੀਆ ਨੌਕਰੀ ਕਰਦੇ ਹੋ, ਵਧੀਆ ਘਰਾਂ 'ਚ ਰਹਿੰਦੇ ਹੋ, ਕੁਰਸੀਆਂ 'ਤੇ ਬੈਠ ਕੇ ਡਿਸਕਸ ਕਰਨਾ ਬਹੁਤ ਸੌਖਾ, ਹੈ ਨਾ। ਪਰ ਤਜਰਬਾ ਸਿਖਾਉਂਦਾ ਬਹੁਤ ਸਾਰੇ ਲੋਕਾਂ ਨੂੰ, ਆਪਾਂ ਰੇਹੜੀਆਂ 'ਤੇ ਕੰਮ ਕਰਦੇ, ਕਿਤੇ ਹੋਟਲਾਂ 'ਚ ਭਾਂਡੇ ਮਾਂਜਦੇ ਵੀ ਹੱਸਦੇ ਦੇਖਿਆ, ਹੈ ਨਾ। ਤਾਂ ਸਭ ਤੋਂ ਵੱਡੀ ਗੱਲ ਆ ਵੀ ਤੁਸੀਂ ਹਾਲਾਤ ਨੇ ਤੁਹਾਡੇ, ਤੁਸੀਂ ਉਹਨਾਂ 'ਚ ਖੁਸ਼ ਕਿਵੇਂ ਰਹਿਣਾ, ਸੰਤੁਸ਼ਟ ਰਹਿਣਾ, ਉਹੀ ਚੀਜ਼ ਆ। ਜੇ ਆਪ ਕਿਸੇ ਨੂੰ ਵੀ ਲੱਗੇ ਵੀ ਇਹ ਕੁਰਸੀਆਂ 'ਤੇ ਬੈਠੀਆਂ ਅਤੇ ਇਹਨਾਂ ਨੇ ਇਹ ਮੁੱਦਾ 'ਤੇ ਗੱਲਬਾਤ ਕਰ ਲਈ ਤਾਂ ਇਹ ਤਾਂ ਬਹੁਤ ਸੌਖਾ ਸੀ, ਹੈ ਨਾ। ਤਾਂ ਹੋ ਸਕਦਾ ਸਾਨੂੰ ਵੀ ਝੋਰਾ ਹੋਵੇ ਵੀ ਉਹ ਵੀ ਲੋਕ ਕਿਉਂ ਨੇ ਜਿਹੜੇ ਦੁਨੀਆ ਰੋਜ਼ 2-2, 4-4 ਲੱਖ ਰੁਪਏ ਖਰਚਦੇ ਨੇ, ਹੈ ਨਾ। ਅਤੇ ਸਾਡੇ ਥੱਲੜੇ ਵਾਲਿਆਂ ਨੂੰ ਵੀ ਝੋਰਾ ਹੋਵੇ ਵੀ ਇਹ ਇੱਥੇ ਬੈਠ ਕੇ ਕਿਉਂ ਗੱਲਬਾਤ ਕਰ ਰਹੀਆਂ ਨੇ। ਤਾਂ ਇਹ ਸਾਰਾ ਕੁਛ ਛੱਡਣਾ ਹੀ ਪੈਣਾ ਜ਼ਿੰਦਗੀ 'ਚ, ਹੈ ਨਾ। ਜਿੱਥੇ ਤੁਸੀਂ ਆਪਣੀ ਥਾਂ 'ਤੇ ਹੋ, ਮੈਨੂੰ ਲੱਗਦਾ ਕੁਦਰਤ ਕਦੀ ਕਿਸੇ ਦਾ ਨਹੀਂ ਰੱਖਦੀ, ਜੋ ਕੋਈ ਬੰਦਾ ਡਿਜ਼ਰਵ ਕਰਦਾ ਉਹਨੂੰ ਨਵਾਜ਼ਦੀ ਆ। ਅਤੇ ਜੇ ਤੁਹਾਨੂੰ ਉਹਨੇ ਇੰਨੀਆਂ ਦੌਲਤਾਂ ਨਵਾਜੀਆਂ ਨੇ ਅਤੇ 2-4 ਜ਼ਿੰਦਗੀ ਦੇ ਵਿੱਚ ਘੱਟ ਵੀ ਨੇ, ਤਾਂ ਉਹਨਾਂ ਨੂੰ ਛੱਡ ਕੇ ਉਹਨਾਂ ਨੂੰ ਦੇਖਣਾ ਸ਼ੁਰੂ ਕਰੋ ਜੋ ਤੁਹਾਡੇ ਕੋਲ ਹੈ ਆ, ਹੈ ਨਾ। ਜ਼ਿੰਦਗੀ 'ਚ ਪਲੱਸ ਵੀ ਆ, ਮਾਈਨਸ ਵੀ ਆ, ਦੋਨੋਂ ਰੰਗ ਹੋਣੇ ਚਾਹੀਦੇ ਆ, ਧੁੱਪ ਵੀ ਆ ਅਤੇ ਛਾਂ ਵੀ। ਬਿਲਕੁਲ, ਆਪਾਂ ਹਮੇਸ਼ਾ ਪ੍ਰੋਗਰਾਮ ਲੰਬਾ ਕਰ ਲੈਂਦੇ ਹਾਂ, ਪਰ ਗੱਲ ਨਾ ਸਿਰਫ ਨਜ਼ਰੀਏ ਅਤੇ ਸੰਤੁਸ਼ਟੀ ਦੀ ਹੁੰਦੀ ਆ। ਆਪਾਂ ਰੰਗ ਜ਼ਿੰਦਗੀ 'ਚ ਜਸਦੀਪ ਸਿੰਘ ਰਤਨ ਭਾਜੀ ਆਏ ਸੀ, ਰਤਨ ਪ੍ਰੋਡਕਸ਼ਨ ਵਾਲੇ, ਹੈ ਨਾ। ਤਾਂ ਉਹ ਪੈਦਾਇਸ਼ੀ ਅਪਾਹਜ ਨਹੀਂ ਸੀਗੇ, ਉਹਨਾਂ ਦੇ ਇੱਕ ਐਕਸੀਡੈਂਟ ਹੋਇਆ ਤਾਂ ਉਹਨਾਂ ਦੀਆਂ ਲੱਤਾਂ ਨੇ ਜਿਹੜੀਆਂ ਉਹ ਚੱਲਣੋਂ ਰੁਕ ਗਈਆਂ, ਉਹ ਵੀਲ ਚੇਅਰ 'ਤੇ ਨੇ। ਪਰ ਉਹਨਾਂ ਦਾ ਨਜ਼ਰੀਆ ਜ਼ਿੰਦਗੀ ਨੂੰ ਲੈ ਕੇ, ਉਹ ਕਹਿੰਦੇ ਮੈਨੂੰ ਬਹੁਤ ਖਿਝ ਆਉਂਦੀ ਹੁੰਦੀ ਆ ਵੀ ਜਦੋਂ ਕਹਿੰਦੇ ਮੈਂ ਹੈਂਡੀਕੈਪਡ ਹਾਂ, ਮੈਂ ਕਹਿੰਦੇ ਦਿਨ ਦੇ 18 ਘੰਟੇ ਕੰਮ ਕਰਦਾ, ਪਰ ਜਦੋਂ ਮੈਂ ਪੂਰੇ ਸਹੀ ਸਲਾਮਤ ਸਰੀਰ ਵਾਲੇ ਬੰਦਿਆਂ ਨੂੰ ਇਹ ਦੇਖਦਾ ਨਾ ਵੀ ਜ਼ਿੰਦਗੀ ਦਿਨ ਦੇ 2 ਘੰਟੇ ਵੀ ਕੰਮ ਨਹੀਂ ਕਰਦੇ ਜਾਂ ਮਿਹਨਤ ਨਹੀਂ ਕਰਦੇ, ਕਹਿੰਦੇ ਮੈਨੂੰ ਬਹੁਤ ਗੁੱਸਾ ਆਉਂਦਾ ਆ, ਹੈ ਨਾ। ਸੋ ਜ਼ਿੰਦਗੀ 'ਚ ਕਿਸੇ ਕਮੀ ਨੂੰ ਆਪਣੀ ਰੁਕਾਵਟ ਨਾ ਬਣਾਈਏ, ਚੜ੍ਹਦੀ ਕਲਾ 'ਚ ਰਹੀਏ, ਆਪਣੇ ਨਾਲੇ ਉਹ ਲੋਕਾਂ ਨੂੰ ਦੇਖੀਏ, ਉਹ ਲੋਕਾਂ ਨੂੰ ਮਤਲਬ ਧਿਆਨ ਦੇ ਵਿੱਚ ਲੈ ਕੇ ਆਈਏ ਜਿਹੜੇ ਕਿ ਵਾਕਈ ਕਮੀਆਂ ਹੋਣ ਦੇ ਬਾਵਜੂਦ ਵੀ ਜ਼ਿੰਦਗੀ ਦੇ ਵਿੱਚ ਬਹੁਤ ਚੰਗਾ ਕਰ ਰਹੇ ਨੇ। ਗੁਰਦੀਪ, ਤੁਰਦੇ ਤੁਰਦੇ ਮੈਂ ਇੱਕ ਛੋਟੀ ਜਿਹੀ ਗੱਲ ਕਹਿਣੀ ਆ ਤੁਹਾਨੂੰ। ਕਿਸੇ ਨੇ ਮੈਨੂੰ ਦੱਸਿਆ ਸੀ, ਕਹਿੰਦੇ ਵੀ ਮੈਨੂੰ ਵਪਾਰ 'ਚ ਬਹੁਤ ਜ਼ਿਆਦਾ ਘਾਟਾ ਪਿਆ ਸੀ। ਇੱਕ ਵਕਤ ਇਹ ਸੀਗਾ ਵੀ ਮੈਂ ਕਰੋੜਾਂ ਤੋਂ 0 'ਤੇ ਸੀ, ਹੈ ਨਾ। ਉਸ ਵਕਤ ਤੋਂ ਸੋਚਦੇ ਤਾਂ ਉਹ ਮਰ ਸਕਦੇ ਸੀਗੇ, ਹੈ ਨਾ। ਪਰ ਉਹ ਕਹਿੰਦੇ ਮੈਂ ਇੱਕ ਪਲ ਉਸ ਰਾਤ ਬੈਠ ਕੇ ਇਹ ਸੋਚਿਆ ਸੀਗਾ ਵੀ ਪਰਮਾਤਮਾ ਨੇ ਮੇਰੇ ਤੋਂ ਕਾਰੋਬਾਰ ਖੋਇਆ, ਪੈਸਾ ਖੋਇਆ, ਮੇਰਾ ਹੁਨਰ ਤਾਂ ਨਹੀਂ ਖੋਇਆ, ਹੈ ਨਾ। ਅਤੇ ਇਸੇ ਹੁਨਰ ਦੇ ਦਮ 'ਤੇ ਮੈਂ 0-100 ਬਣਿਆ ਸੀ, ਅਤੇ ਹੁਣ ਕਿਉਂ ਨਹੀਂ ਬਣ ਸਕਦਾ। ਗੱਲ ਸਿਰਫ ਫਿਰ ਉੱਥੇ ਮੁੱਕਦੀ ਵੀ ਤੁਸੀਂ ਉਸ ਸਮੇਂ ਦਾ ਇੰਤਜ਼ਾਰ ਕਰੋ ਸੱਚੇ ਮਨ ਨਾਲ ਅਤੇ ਚੜ੍ਹਦੀ ਕਲਾ ਵਾਲੇ ਮਨ ਨਾਲ, ਹੈ ਨਾ। ਅਤੇ ਉਹ ਵਕਤ ਜ਼ਰੂਰ ਆਊਗਾ ਜੋ ਪਰਮਾਤਮਾ ਤੁਹਾਡੇ ਨਾਲ ਚੰਗਾ ਕਰਨਾ ਚਾਹੁੰਦਾ, ਉਹ ਤੁਹਾਡੇ ਨਾਲ ਜ਼ਰੂਰ ਕਰਕੇ ਰਹੂਗਾ, ਹੈ ਨਾ। ਸੋ ਅੱਜ ਦੇ ਪ੍ਰੋਗਰਾਮ ਗਲਤੀ ਗੱਲ ਦੇ ਵਿੱਚ ਇੰਨਾ ਹੀ।
ਉਮੀਦ ਹੈ ਕਿ ਤੁਸੀਂ ਸਾਰੇ ਇਸ ਗੱਲ ਨੂੰ ਜ਼ਰੂਰ ਸੁਣੋਗੇ ਵੀ ਪਸੰਦ ਵੀ ਕਰੋਗੇ ਅਤੇ ਤੁਸੀਂ ਕੀ ਰਾਏ ਰੱਖਦੇ ਹੋ ਇਹ ਵੀ ਤੁਸੀਂ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਸਾਂਝੀ ਕਰੋਗੇ। ਅਸੀਂ ਸਾਰੇ ਕਮੈਂਟਸ ਪੜ੍ਹਦੇ ਹੁੰਦੇ ਹਾਂ, ਬਹੁਤ ਚੰਗਾ ਲੱਗਦਾ ਹੈ ਕਿ ਤੁਸੀਂ ਕੰਟੈਂਟ ਨੂੰ ਇੰਨੇ ਜ਼ਿਆਦਾ ਧਿਆਨ ਦੇ ਨਾਲ, ਇੰਨੀ ਜ਼ਿਆਦਾ ਬਰੀਕੀ ਦੇ ਨਾਲ ਦੇਖਦੇ ਹੋ। ਕਈ ਵਾਰੀ ਅਸੀਂ ਕਹਿਣ ਲੱਗੇ ਹਾਂ ਜਾਂ ਕਰਨ ਲੱਗੇ ਹਾਂ, ਉਹ ਚੀਜ਼ ਨਹੀਂ ਸੋਚੀ ਹੁੰਦੀ, ਪਰ ਜਿਵੇਂ ਤੁਸੀਂ ਓਬਜ਼ਰਵ ਕਰਦੇ ਹੋ ਚੀਜ਼ਾਂ ਨੂੰ, ਸੋ ਬਹੁਤ ਚੰਗਾ ਲੱਗਦਾ। ਬਾਕੀ ਮੈਨੂੰ ਗੁਰਦੀਪ ਗਰੇਵਾਲ ਨੂੰ, ਭੈਣ ਰੁਪਿੰਦਰ ਸੰਧੂ ਹੋਰਾਂ ਨੂੰ ਇਜਾਜ਼ਤ ਦੇ ਦਿਓ। ਅਸੀਂ ਫਿਰ ਅਗਲੇ ਐਤਵਾਰ ਮਿਲਾਂਗੇ। ਸਤਿ ਸ਼੍ਰੀ ਅਕਾਲ।